ਪਿਛਲੇ ਕਿਸਾਨੀ ਅੰਦੋਲਨ ਦੇ ਦਰਮਿਆਨ ਬਹੁਤ ਸਾਰੇ ਨਾਮ ਚਰਚਾ ਦੇ ਵਿੱਚ ਆਏ ਤਾਂ ਬਹੁਤ ਸਾਰੇ ਨਾਮ ਹਾਲੇ ਵੀ ਚਰਚਾ ਦੇ ਵਿੱਚ ਆ ਉਹਨਾਂ ਚੋਂ ਕੁਝ ਕੁ ਹਾਲੇ ਤੱਕ ਜੁੜੇ ਹੋਇਆ ਕੁਝ ਕੁ ਹਾਲੇ ਤੱਕ ਜਿਹੜਾ ਉਹ ਅੰਦੋਲਨ ਦੇ ਨਾਲ ਲਗਾਤਾਰ ਜੁੜ ਰਿਹਾ ਹੈ ਬਹੁਤ ਸਾਰੇ ਲੋਕੋ ਦੇ ਉੱਤੇ ਟਿੱਪਣੀਆਂ ਕਰ ਰਿਹਾ ਉਹਨਾਂ ਦੇ ਵਿੱਚੋਂ ਇੱਕ ਨਾਮ ਆ ਡਾਕਟਰ ਸਵੇਮਾਨ ਸਿੰਘ ਜਿਹੜੇ ਪਿਛਲੀ ਵਾਰ ਕਿਸਾਨੀ ਅੰਦੋਲਨ ਦੇ ਦਰਮਿਆਨ ਪੰਜਾਬ ਆਏ ਤੇ ਦਿੱਲੀ ਆ ਕੇ ਬੈਠੇ ਤੇ ਉਸ ਤੋਂ ਬਾਅਦ ਇਸ ਵਾਰ ਉਹਨਾਂ ਦੀ ਟੀਮ ਹੈ ਇੱਥੇ ਕੰਮ ਕਰ ਰਹੀ ਆ ਪਰ ਉਹ ਉੱਥੋਂ ਹੀ ਆਪਣਾ ਜਿਹੜਾ ਪ੍ਰਵਾਸ ਦੇ ਵਿੱਚ ਉੱਥੇ ਬੈਠੇ ਹੋਏ ਆਪਣਾ ਕੰਮ ਕਾਜ ਵੀ ਕਰ ਰਹੇ ਤੇ ਨਾਲ ਦੀ ਨਾਲ ਆਪਣੀ ਟੀਮ ਨੂੰ ਗਾਈਡ ਕਰ ਰਹੇ ਆ ਉਹਨਾਂ ਨੂੰ ਬਹੁਤ ਸਾਰੇ ਆ ਜੋ ਉਹਨਾਂ ਦੇ ਮੁਤਾਬਕ ਕਿ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਭੰਡਿਆ ਜਾ ਰਿਹਾ ਉਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਕੀ ਮਸਲਾ ਕੀ ਐ ਅਸੀਂ ਵਿਸ਼ੇ ਉੱਤੇ ਗੱਲਬਾਤ ਕਰਾਂਗੇ ਸਿਆਰਨ ਪਿਆਰ ਤੇ ਸਤਕਾਰ ਪਰ ਇਸ ਸੱਸੀ ਕਲ ਆਈਵਲ ਟੀਵੀ ਦੇ ਇਸ ਸਪੈਸ਼ਲ ਐਪੀਸੋਡ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਸੋ ਨਾਲ ਦੀ ਨਾਲ ਪ੍ਰੋਡਕਟਰ ਸਾਹਿਬ ਦਾ ਸਵਾਗਤ ਕਰਦੇ ਤੇ ਉਸ ਤੋਂ ਬਾਅਦ ਗੱਲਬਾਤਾਂ ਖੋਲਦੇ ਆ ਤੇ ਜਾਣਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਟੀਮ ਕੰਮ ਕਰ ਰਹੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਦੀ ਟਿੱਪਣੀ ਆ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਪਹਿਲਾਂ ਤਾਂ ਇਹ ਦੱਸੋ ਕਿ ਮਤਲਬ ਜਿਹੜਾ ਰੌਲਾ ਰੱਪਾ ਪਿਆ ਹੋਇਆ ਕਿਉਂਕਿ ਅੰਦੋਲਨ ਨੂੰ ਲੈ ਕੇ ਚੱਲੋ ਹੁਣ ਵੀ ਸੰਘਰਸ਼ ਨੂੰ ਲੈ ਕੇ ਬਹੁਤ ਸਾਰੇ ਲੋਕ ਆ ਜਿਹੜੇ ਜੁੜੇ ਹੋਏ ਆ ਕੁਝ ਕੁ ਲੋਕ ਸਵਾਲ ਕਰਦੇ ਪਏ ਆ ਜਿਹੜੇ ਲੋਕ ਜੁੜੇ ਆ ਉਹਨਾਂ ਚੋਂ ਬਹੁਤ ਸਾਰੇ ਜਾਂ ਕਈ ਆਖਦੇ ਪਏ ਆ ਕਿ ਅਰ ਸਾਨੂੰ ਕੇਂਦਰ ਵਾਲੇ ਤਾਂ ਕਰਦੇ ਆ ਕੋਈ ਕਹਿੰਦਾ ਕਿਸੇ ਤਰੀਕੇ ਨਾਲ ਕੋਈ ਕਹਿੰਦਾ ਕਿਸੇ ਤਰੀਕੇ ਨਾਲ ਤੁਹਾਡੇ ਨਾਲ ਕੀ ਹੋਇਆ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤੁਸੀਂ ਵੈਸੇ ਸੋਸ਼ਲ ਮੀਡੀਆ ਉੱਤੇ ਬੋਲ ਕੇ ਵੀ ਦੱਸ ਰਹੇ ਹੋਈ ਚੀਜ਼ਾਂ ਕਿ ਤੁਹਾਨੂੰ ਟ੍ਰੋਲ ਕੀਤਾ ਜਾ ਰਿਹਾ ਕੀ ਹੈ ਕੀ ਕਹਾਣੀ ਜਰਾ ਬਈ ਕਹਾਣੀ ਇਹ ਆ ਕਿ ਵੇਖੋ ਜਦੋਂ ਤੁਸੀਂ ਕੰਮ ਕਰਨਾ ਹਨਾ ਤੇ ਬੈਕਲੈਸ਼ ਤੇ ਹੁਣੀ ਆ ਇਹ ਕੋਈ ਨਵੀਂ ਚੀਜ਼ ਨਹੀਂ ਆ ਆਪਣੇ ਨਾਲ ਇਹ ਹੁੰਦਾ ਹੀ ਰਿਹਾ ਕਿਸਾਨ ਅੰਦੋਲਨ ਚਾਪੜਿਆਂ ਨੇ ਬੜਾ ਕੋਈ ਕੀਤਾ ਤੁਹਾਨੂੰ ਪਤਾ ਹੀ ਹੈ ਕਿੰਨਾ ਕੁ ਚਲਾਇਆ ਇਹਨਾਂ ਨੇ ਸਿਆਸੀ ਪਾਰਟੀਆਂ ਨੇ ਵੀ ਪੰਜਾਬ 'ਚ ਬਹੁਤ ਕੁਝ ਕੀਤਾ ਬਹੁਤ ਕੁਝ ਚਲਾਇਆ ਪਰ ਉਹ ਸਾਰਾ ਕੁਝ ਆਪਾਂ ਮੈਂ ਕਦੀ ਆਪਣੇ ਸੋਸ਼ਲ ਮੀਡੀਆ ਤੋਂ ਉਸ ਚੀਜ਼ ਦਾ ਕਦੀ ਉਹਨਾਂ ਨੂੰ ਹਾਈਲਾਈਟ ਨਹੀਂ ਕਰੀਦਾ ਕਿਉਂਕਿ ਉਹ ਇਹੋ ਚੀਜ਼ ਤੇ ਮੰਗਦੇ ਆ ਕਿ ਸਾਨੂੰ ਹਾਈਲਾਈਟ ਕਰੀਏ ਬਟ ਇਸ ਵਾਰ ਥੋੜਾ ਜਿਹਾ ਇਹਨਾਂ ਨੇ ਲੱਗ ਕੀਤਾ ਜਿਹੜਾ ਸਰਕਾਰ ਨੇ ਕਰਾਇਆ ਨਾ ਕਿਉਂਕਿ ਪਹਿਲੀ ਗੱਲ ਤੇ ਇਹਨਾਂ ਨੇ ਮੈਨੂੰ ਲੈਟਰ ਆ ਭੇਜਤੀਆਂ ਜੀ ਫਿਰ ਦੂਜੀ ਗੱਲ ਜਿਹੜੀ ਇਹਨਾਂ ਨੇ ਵੱਡੀ ਕੀਤੀ ਆ ਕਿ ਮੈਓ ਕਲੀਨਿਕ ਜਿਹੜਾ ਮੇਰਾ ਕੰਮ ਆ ਉਹ ਕੀ ਹੁੰਦਾ ਬਾਈ ਜਦੋਂ ਆਪਾਂ ਹੁਣ ਇਹ ਜਿਹੜੇ ਵੱਡੇ ਇੰਸਟੀਚਿਊਟ ਆ ਪ੍ਰਾਈਵੇਟ ادارے ਆ ਹੁਣ ਮੈਓ ਕਲੀਨਿਕ ਦੁਨੀਆ ਦਾ ਨੰਬਰ 1 ਹਸਪੀਟਲ ਆ ਸਾਰਿਆਂ ਨੂੰ ਪਤਾ ਜੀ ਕੋਈ ਵੀ ਪ੍ਰਾਈਵੇਟ ਇੰਸਟੀਚਿਊਟ ਆ ਉਹਨਾਂ ਦੀ ਇੱਕ ਇਮੇਜ ਆ ਉਹਨਾਂ ਨੇ ਇਮੇਜ ਬਰਕਰਾਰ ਰੱਖਣੀ ਆ ਕਿਉਂਕਿ ਉਹਨਾਂ ਨੇ ਥਾਂ ਥਾਂ ਤੇ ਹਸਪੀਟਲ ਖੋਲਣੇ ਆ ਤੋ ਕਿਸੇ ਵੀ ਸਰਕਾਰ ਨਾਲ ਪੰਗਾ ਨਹੀਂ ਲੈ ਲੈਂਦੇ ਉਹ ਬੜਾ ਨਿਊਟਰਲ ਜਿਹਾ ਰੱਖਦੇ ਆ ਇਹਨਾਂ ਨੇ ਫਿਰ ਕੀ ਕੀਤਾ ਕਿ ਮਤਲਬ 1 ਮਿੰਟ ਦੇ ਅੰਦਰ ਅੰਦਰ ਉਹ ਮੈਨੂੰ ਮਹਿਰਾਨ ਹੋ ਗਿਆ ਜਦੋਂ ਮੈਂ ਸਵੇਰੇ ਉੱਠਿਆ ਮੈਂ ਕਿਹਾ ਯਾਰ ਇਹ ਕੀ ਹਿਸਾਬ ਦਾਬ ਹੋ ਗਿਆ ਮੈਨੂੰ ਮੈਓ ਕਲੀਨਿਕ ਨਾ ਕਰਕੇ ਟੈਗ ਕਰਕੇ ਉਹਨਾਂ ਨੇ ਪੋਸਟਾਂ ਪਾਤੀਆਂ ਕਿ ਇਹ ਬੰਦਾ ਅੱਤਵਾਦੀ ਆ ਇਹ ਬੰਦਾ ਆ ਆ ਤੁਸੀਂ ਇਹਨੂੰ ਕਿਉਂ ਆਪਣੇ ਇੱਥੇ ਰੱਖਿਆ ਤੁਸੀਂ ਇੱਦਾਂ ਵੱਡਾ ਹਸਪੀਟਲ ਜੋ ਦੁਨੀਆ ਦਾ ਨੰਬਰ ਵਾਲਾ ਹਸਪੀਟਲ ਜੋ ਤੁਸੀਂ ਇਸ ਅੱਤਵਾਦੀ ਨੂੰ ਕਿੱਦਾਂ ਤੁਸੀਂ ਜੌਬ ਦੇ ਦਿੱਤੀ ਤੇ ਇਹੋ ਜਿਹਾ ਆਪ ਸ਼ਨਾਬ ਬੋਲੀਆਂ ਤੇ ਮੈਂ ਉਹ ਮੈਨੂੰ ਮੈਂ ਤੇ ਵੇਖਿਆ ਵੀ ਨਹੀਂ ਮੈਂ ਕੰਮ ਤੇ ਗਿਆ ਮੈਨੂੰ ਫੋਨ ਆ ਗਿਆ ਹੁਣ ਬੰਦਾ ਕਿ ਗੋਰਾ ਵਾ ਹੁਣ ਗੋਰੀਆਂ ਨੂੰ ਯਾਰ ਕੀ ਪਤਾ ਕਿ ਕੀ ਹੁੰਦਿਆ ਨਾ ਕਿਉਂਕਿ ਸੋਸ਼ਲ ਮੀਡੀਆ ਸਾਰੇ ਵੇਖਦੇ ਆ ਉਹंदा ਬਈ ਤੂੰ ਠੀਕ ਆ ਅੱਜ ਤੇਰਾ ਕਾਫੀ ਉਹ ਸੋਸ਼ਲ ਮੀਡੀਆ ਤੇ ਹੋ ਰਿਹਾ ਮੈਂ ਕਹਿਆ ਯਾਰ ਮੈਨੂੰ ਪਤਾ ਨਹੀਂ ਉਹਨੇ ਫਿਰ ਮੈਨੂੰ ਵਿਖਾਇਆ ਫਿਰ ਮੈਂ ਵੇਖਿਆ ਫਿਰ ਮੈਂ ਸਕਰੋਲ ਕੀਤਾ ਮੈਂ ਇੱਕ ਵਾਰੀ ਤਾਂ ਯਾਰ ਹਿੱਲ ਗਿਆ ਮੈਂ ਕਹਿਆ ਯਾਰ ਇਹ ਅੱਜ ਤੇ ਕੰਮ ਖਰਾਬ ਹੋ ਗਿਆ ਕਿਉਂਕਿ ਮੈਂ ਆਪਣੇ ਕੰਮ ਤੇ ਇਹ ਚੀਜ਼ਾਂ ਬਹੁਤ ਦੂਰ ਰੱਖਦਾ ਜੋ ਆਪਾਂ ਆਪਣੇ ਕਰਦੇ ਆ ਨਾ ਆਪਣੇ ਕੰਮ ਤੋਂ ਕਿਉਂਕਿ ਜਦੋਂ ਚੱਲਦਾ ਠੀਕ ਹੈ ਚੱਲਦਾ ਬਟ ਟਰਾਈ ਕਰੀਦਾ ਕਿ ਆਪਣਾ ਕੋਈ ਪੇਸ਼ੈਂਟ ਕੇਅਰ ਆ ਉੱਥੇ ਮੇਰਾ ਦਿਮਾਗ ਜਿਹੜਾ ਆਪਣੇ ਪੇਸ਼ੈਂਟਸ ਲਈ ਹੋਣਾ ਚਾਹੀਦਾ ਮੈਂ ਉੱਥੇ ਆਪਣਾ ਅੰਦੋਲਨ ਤੇ ਆਪਣਾ ਜੋ 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 ਆਪਾਂ ਜ਼ਿੰਦਗੀ ਚ ਕਰਦੇ ਉਹ ਨਹੀਂ ਆਪਾਂ ਉਥੇ ਲੈ ਕੇ ਜਾ ਸਕਦੇ ਬਟ ਇਹਨਾਂ ਨੇ ਉਹ ਚੀਜ਼ ਨੂੰ ਇੱਕ ਹਥਿਆਰ ਬਣਾ ਕੇ ਮੈਨੂੰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਫਿਰ ਮੈਂ ਸੋਚਿਆ ਯਾਰ ਫਿਰ ਚੁੱਪ ਕਰ ਜਾਂਦੇ ਆ ਸਾਨੂੰ ਕੀ ਲੋੜ ਹੈ ਹਨਾ ਕਿ ਮੈਂ ਇਹਨਾਂ ਨੂੰ ਕਿਉਂ ਮਸ਼ਹੂਰੀ ਦੇਣੀ ਫਿਰ ਮੈਨੂੰ ਲੱਗਾ ਯਾਰ ਨਹੀਂ ਇਹ ਗੱਲ ਥੋੜੀ ਜਿਹੀ ਡਿਫਰੈਂਟ ਹੋਈ ਆ ਜੇ ਐਦ ਕੀ ਨਾ ਬੋਲਿਆ ਤੇ ਫਿਰ ਅਟੈਕ ਕਰਕੇ ਜਾਂ ਇਹ ਸਮਝਣਗੇ ਜਾਂ ਡਰ ਗਏ ਆ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਆ ਸਾ ਕਿ ਮਯੋ ਕਲੀਨਿਕ ਆਪਣੀ ਥਾਂ ਤੇ ਹੋ ਸਕਦੀ ਆ ਮੈਂ ਕੋਈ ਮੈਓ ਕਲੀਨਿਕ ਵਿੱਚ ਡਾਕਟਰ ਹੈਗਾ ਮੈਂ ਜ਼ਰੂਰ ਹਾਂ ਪਰ ਸਭ ਤੋਂ ਪਹਿਲਾਂ ਮੈਂ ਪੰਜਾਬ ਦਾ ਡਾਕਟਰ ਆ ਮੈਂ ਆਪਣੇ ਕਿਸਾਨਾਂ ਦਾ ਡਾਕਟਰ ਆ ਸਭ ਕੁਝ ਜਾਵੇ ਮਨਜ਼ੂਰ ਆ ਪਰ ਉਹਨਾਂ ਦਾ ਸਾਥ ਨਹੀਂ ਮੈਂ ਛੱਡ ਸਕਦਾ ਸੋ ਇਸ ਲਈ ਬੋਲਣਾ ਜ਼ਰੂਰੀ ਆ ਮੈਓ ਕਲੀਨਿਕ ਵੀ ਜਾਵੇ ਜੋਬ ਜਾਵੇ ਸਾਨੂੰ ਉਹਦੀ ਕੋਈ ਕੇਅਰ ਨਹੀਂ ਔਰ ਇਹ ਚੀਜ਼ ਮਿਰਨਾਲ ਅੱਜ ਹੋਈ ਆ ਕੱਲ ਕਿਸੇ ਹੋਰ ਨਾਲ ਹੋ ਸਕਦੀ ਆ ਮੇਰੇ ਤੋਂ ਪਹਿਲਾਂ ਬਹੁਤਾਂ ਨੇ ਹੋਈ ਆ ਭਾਈ ਜੇ ਤੁਸੀਂ ਵੇਖੋ ਪੰਜਾਬ ਦੀ ਜਿਹੜੀ 뮤직 ਇੰਡਸਟਰੀ ਨੇ ਕਿੰਦਾ ਚੁੱਪ ਕਰਾਤੀ ਆ ਬਾਲੀਵੁੱਡ ਦੇ ਐਕਟਰ ਚੁੱਪ ਕਰਾ ਦਦੇ ਆ ਜਿਹੜਾ ਵਿਚਾਰਾ ਆਪਣਾ ਕਰੈਕਟਰ ਹੀ ਮੁੰਡਾ ਉਹਨੂੰ ਇੱਕ ਕੈਚ ਡਿਗੇ ਪਿਆ ਉਹਨੂੰ ਆਂਦੇ ਜੀ ਹੱਤਵਾਦੀ ਆ ਉਹ ਸ਼ੁੱਭ ਮੁੰਡਾ ਉਹਦੇ ਸਾਰੇ ਸ਼ੋਅ ਕੈਨਸਲ ਕਰਾ ਦਤੇ ਮੈਂ ਕਹਾਂ ਕਿ ਯਾਰ ਇਹਨਾਂ ਨੂੰ ਇਹ ਚੀਜ਼ ਦਿਖਣੀ ਤੁਸੀਂ ਇੰਡੀਆ 'ਚ ਜੋ ਮਰਜ਼ੀ ਕਰ ਸਕਦੇ ਹੋ ਬਾਹਰਲੇ ਦੇਸ਼ਾਂ 'ਚ ਤੁਸੀਂ ਕੁਝ ਨਹੀਂ ਕਰ ਸਕਦੇ ਤੁਹਾਡਾ ਜੋ ਗੰਦ ਆ ਇਹ ਇੱਥੇ ਨਹੀਂ ਚੱਲਣਾ ਸੋ ਇਸ ਲਈ ਮੈਂ ਬੋਲਿਆ ਉਹਦੇ ਲਈ ਉਹਦੇ ਉੱਪਰ ਕਾਫੀ ਮੈਨੂੰ ਵੀ ਬੜੇ ਫੋਨ ਆਏ ਮਤਲਬ ਕਿ ਕਿੰਨੇ ਲੋਕਾਂ ਦੇ ਸਿੰਗਰਾਂ ਦੇ ਐਕਟਰਾਂ ਦੇ ਕਿੰਨੇ ਆਪਣੇ ਪੰਜਾਬ 'ਚੋਂ ਹੀ ਫੋਨ ਆਏ ਕਿ ਬਾਈ ਤੇਰੇ ਨਾਲ ਆ ਤੂੰ ਵਰੀ ਨਾ ਕਰੀ ਇਹ ਉਹ ਮੈਨੂੰ ਆਪਣੇ ਆਪਣੇ ਰਵੀ ਸਿੰਘ ਭਾਈ ਉਹਨਾਂ ਦਾ ਖਾਲਸਾ ਉਹਨਾਂ ਦਾ ਮੈਨੂੰ ਮੈਸੇਜ ਆਇਆ ਖਾਸ ਮੈਸੇਜ ਕੀਤਾ ਉਹਨਾਂ ਦੀ ਵਾਈਫ ਨੇ ਮੈਸੇਜ ਕੀਤਾ ਕਿ ਬਾਈ ਐਸੀ ਕਿਦਾਂ ਤੇਰੀ ਹਲਪ ਕਰ ਸਕਦੇ ਆ ਨਾ ਸੋ ਉਹਨਾਂ ਨਾਲ ਵੈਸੇ ਗੱਲਬਾਤ ਮਤਲਬ ਕਿ ਮੈਸੇਜ ਦੇ ਥਰੂ ਹੁੰਦੀ ਰਹਿੰਦੀ ਬਟ ਬੜਾ ਉਹਨਾਂ ਦਾ ਉਸੇ ਵੇਲੇ ਮੈਸੇਜ ਆ ਗਿਆ ਸੋ ਇਦਾਂ ਬਹੁਤ ਲੋਕਾਂ ਨੇ ਰੀਚ ਆਊਟ ਕੀਤਾ ਬਟ ਅਗੇਨ ਮੈਂ ਹਾਈਲਾਈਟ ਇਹ ਚੀਜ਼ ਕਹਿਣਾ ਕਿ ਇਹਨਾਂ ਨੇ ਵੇਖੋ ਕਿੰਨਾ ਇਹਨਾਂ ਦਾ ਜਿਹੜਾ ਜਿਹੜਾ ਇਹਨਾਂ ਦਾ ਸੋਚ ਆ ਕਿੰਨੀ ਡਿਗ ਪੀ ਕੀ ਕਿਦਾਂ ਇਹ ਲੱਭਦੇ ਆ ਕਿਸੇ ਬੰਦੇ ਦੀ ਕਿ ਬਈ ਆਹ ਕੁੰਡੀ ਲੱਭ ਲਈਏ ਉਹ ਇਹਨਾਂ ਨੂੰ ਲੱਗਾ ਮੇਰੀ ਕੁੰਡੀ ਆ ਮੇਰਾ ਕੰਮ ਕਿ ਬਈ ਇੱਥੇ ਕਿਉਂਕਿ ਪਤਾ ਹੀ ਆ ਜੋਬਾਂ ਸਭ ਨੂੰ ਹਨਾ ਪਿਆਰੀਆਂ ਉਹ ਡਾਕਟਰੀ ਇਤੋਂ ਇਹ ਲੈਵਲ ਤੱਕ ਪਹੁੰਚਣਾ ਕਿ ਨੰਬਰ 1 ਹਸਪੀਟਲ ਤੱਕ ਤੁਹਾਨੂੰ ਪਹੁੰਚਣਾ ਤੁਹਾਡੇ ਲਈ ਬੜੀ ਵੱਡੀ ਚੀਜ਼ ਆ ਜੇ ਉਹ ਗਵਾਚ ਗਈ ਪਰ ਮੈਂ ਇਹਨਾਂ ਨੂੰ ਦੱਸਦਾ ਬਾਈ ਅਸੀਂ ਇਹ ਚੀਜ਼ਾਂ ਤੋਂ ਨਹੀਂ ਡਰਦੇ ਸਭ ਤੋਂ ਪਹਿਲਾਂ ਸਾਹੀਂ ਹਰ ਇੱਕ ਬੰਦਾ ਜਿਹੜਾ ਪੰਜਾਬ ਦਾ ਵਸਦਾ ਉਹ ਪਹਿਲਾਂ ਪੰਜਾਬੀ ਆ ਉਹ ਕਿਸਾਨ ਆ ਉਹ ਆਪਣੇ ਤੱਕ ਦੀ ਸਾਥ ਨਹੀਂ ਛੱਡੂਗਾ ਸੋ ਚਲੋ ਟਰੋਲ ਆ ਉਹ ਨਹੀਂ ਆਪਾਂ ਨੂੰ ਇਨਾ ਟਰੋਲਾ ਟਰੋਲਾ ਦੀ ਨਹੀਂ ਕੋਈ ਗੱਲ ਬਾਤ ਗੱਲ ਇਹੋ ਹੀ ਹਾਈਲਾਈਟ ਕਰਨੀ ਜ਼ਰੂਰੀ ਸੀ ਕਿ ਇਹਨਾਂ ਨੇ ਇਹ ਸਾਡੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਹੋਰ ਵੀ ਕਰ ਸਕਦੇ ਆ ਪਰ ਸਾਨੂੰ ਇਹਨਾਂ ਦੇ ਅਟੈਕਾਂ ਦੀ ਕੋਈ ਪ੍ਰਵਾਹ ਨਹੀਂ ਜੀ ਜੀ ਕੌਣ ਹੈ ਕੌਣ ਆ ਤੁਸੀਂ ਉਹਨਾਂ ਚ ਕੁਝ ਬੰਦੇ ਆਇਡੈਂਟੀਫਾਈ ਕੀਤੇ ਹੋਣਗੇ ਕਿਹੜੇ ਕਿਹੜੇ ਆ ਮਤਲਬ ਕਿਹੜੀਆਂ ਧਿਰਾਂ ਦੇ ਨਾਲ ਉਹ ਜੁੜੇ ਹੋਏ ਨੇਗੇ ਉਹ ਨਹੀਂ ਜੀ ਜੀ ਨਹੀਂ ਨਹੀਂ ਭਾਈ ਇਹ ਤੇ ਇੰਡੀਅਨ ਸਰਕਾਰ ਦਾ ਨਾ ਕਿਉਂਕਿ ਉਹਨਾਂ ਦਾ ਆ ਗਿਆ ਟਵਿੱਟਰ ਤੋਂ ਉਹਨਾਂ ਨੇ ਮੈਸੇਜ ਵੀ ਉਹ ਪਾਇਆ ਇਹਨਾਂ ਨੇ ਮੈਨੂੰ ਈਮੇਲ ਟਵਿੱਟਰ ਵਾਲਿਆਂ ਨੇ ਉਸ ਵੇਲੇ ਘਲਤੀ ਜਦੋਂ ਜਦੋਂ ਇਹਨਾਂ ਨੂੰ ਪੁੱਛਿਆ ਕਿ ਕੌਣ ਆ ਉਹਨਦੇ ਗਵਰਨਮੈਂਟ ਆਫ ਇੰਡੀਆ ਸੋ ਇੰਡੀਅਨ ਸਰਕਾਰ ਨੇ ਕੀਤਾ ਉਹ ਅੱਗੇ ਉਹਨਾਂ ਦੇ ਫੇਕ ਅਕਾਊਂਟ ਹੁੰਦੇ ਆ ਉਹਨਾਂ ਦਾ ਨਾ ਕੋਈ ਕੋਈ ਹੁੰਦਾ ਵਹੀ ਵਾਸਤਾ ਉਹੋ ਹੀ ਚੀਜ਼ਾਂ ਮੈਹਰਾਣ ਆ ਉਹ ਮੈਨੂੰ ਲੇਬਲ ਕਰਦੇ ਖਾਲਿਸਤਾਨੀ ਹਨਾ ਤੇ ਮੈਂ ਸੋਚਦਾ ਜਿਹੜੇ ਸਾਡੇ ਆ ਉਹ ਮੈਨੂੰ ਕੀ ਲੇਬਲ ਕਰਦੇ ਆ ਉਹ ਇੱਕ ਸਾਡੀ ਕਨਫਿਊਜ਼ਨ ਕ੍ਰੀਏਟ ਹੋ ਗਈ ਪਤਾ ਨਹੀਂ ਲੱਗਦਾ ਲੋਕਾਂ ਨੂੰ ਕਿ ਯਾਰ ਲੇਬਲ ਕੀ ਕਰੀਏ ਕੋਈ ਕੁਛ ਲੇਬਲ ਕਰੀ ਜਾਂਦਾ ਕੋਈ ਕੁਛ ਲੇਬਲ ਕਰੀ ਜਾਂਦਾ ਤੇ ਚਲੋ ਮੈਂ ਤਾਂ ਆਸੋਸ ਕੀ ਮੈਨੂੰ ਇਹਨਾਂ ਦਾ ਕੋਈ ਪਰਵਾਹ ਨਹੀਂ ਹੁੰਦੀ ਕਿਉਂਕਿ ਆਪਣਾ ਕੰਮ ਆ ਬਾਬੇ ਨਾਨਕ ਦੀ ਸਾਨੂੰ ਬੜੀ ਪਰਮਾਤਮਾ ਵੱਲੋਂ ਕਿਰਪਾ ਹੋਈ ਆ ਸਾਡੇ ਤੇ ਕਿ ਸਾਨੂੰ ਬਾਬੇ ਨਾਨਕ ਦੀ ਜਿਹੜੀ ਆ ਆ ਜਿਹੜੀ ਆ ਜਿਹੜੀ ਕਿਰਤ ਆ ਪਹਿਲੀ ਗੱਲ ਕਿਰਤ ਮਿਲੀ ਆ ਫਿਰ ਸੇਵਾ ਮਿਲੀ ਆ ਸੋ ਕਿਰਤਵੀ ਕਰਨ ਦਾ ਮੌਕਾ ਮਿਲਦਾ ਦਿਨ ਰਾਤ ਮਿਹਨਤ ਕਰਦੇ ਆ ਖੂਨ ਪਸੀਨੇ ਦੀ ਕਮਾਈ ਕਰਦੇ ਆ ਫਿਰ ਸੇਵਾ ਕਰਨ ਦਾ ਮੌਕਾ ਮਿਲਦਾ ਸੋ ਅਸੀਂ ਉਹਦੇ ਉਹ ਆਪਣੇ ਜਿਹੜੇ ਕਹਿੰਦਾ ਆਨੰਦ ਆ ਉਹ ਆਨੰਦ ਵਿੱਚ ਰੁੱਝੇ ਆ ਸਾਨੂੰ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਅਗੇਨ ਹਾਈਲਾਈਟ ਕਰਨ ਦਾ ਰੀਜ਼ਨ ਸੀ ਲੋਕਾਂ ਤੱਕ ਇਹ ਗੱਲ ਦੱਸਣੀ ਕਿ ਭਈ ਆ ਚੀਜ਼ ਕੀਤੀ ਜੋ ਇਹਨਾਂ ਨੇ ਇੰਨੀ ਮਾੜੀ ਹਰਕਤ ਕੀਤੀ ਜੋ ਇਤੋਂ ਤੱਕ ਇਹ ਡਿੱਗ ਸਕਦੇ ਆ ਕਿ ਮੈਓ ਕਲੀਨਿਕ ਹੁਣ ਮੈਨੂੰ ਫੋਨ ਆਉਂਦੇ ਮੈਂ ਰੋਜ਼ ਜਾਂਦਾ ਮੈਨੂੰ ਜਿਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਡਾਕਟਰ ਇਹ ਕੰਮ ਕਰਦਾ ਉਹ ਵੀ ਮੈਨੂੰ ਪੁੱਛਦੇ ਬਾਈ ਤੂੰ ਅੱਜ ਮੈਂ ਜਿੰਮ ਗਿਆ ਕੰਮ ਤੋਂ ਬਾਅਦ ਜਿੰਮ ਗਿਆ ਉੱਥੇ ਮੈਨੂੰ ਘੇਰ ਲਿਆ ਮੁੰਡਿਆਂ ਨੇ ਉਹ ਆਂਦੇ ਯਾਰ ਤੇਰੀ ਟਵਿੱਟਰ ਬੜੀ ਖਤਰਨਾਕ ਆ ਮੈਂ ਕਿਹਾ ਚਲੋ ਬਾਈ ਇਦਾਂ ਹੀ ਚੱਲਦਾ ਸੋ ਇਹ ਗਵਰਨਮੈਂਟ ਆਫ ਇੰਡੀਆ ਵੱਲੋਂ ਸੀ ਤੇ ਮੈਂ ਉਹਨਾਂ ਨੂੰ ਵੀ ਦੱਸਦਾ ਗਵਰਨਮੈਂਟ ਇੰਡੀਆ ਨੂੰ ਵੀ ਕਹਿਣਾ ਬਾਈ ਤੁਹਾਨੂੰ ਮੇਰੇ ਤੋਂ ਕੀ ਡਰਿਆ ਜੀ ਔਰ ਅਸੀਂ ਸਗੋਂ ਉਹ ਲੋਕ ਆ ਜਿਹੜੇ ਦੇਸ਼ ਨਾਲ ਪਿਆਰ ਕਰਦੇ ਆ ਜਿਹੜੇ ਦੇਸ਼ ਨੂੰ ਅੱਗੇ ਤਰੱਕੀ ਵੇਖਣਾ ਚਾਹੁੰਦੇ ਆ ਪਰ ਅਸੀਂ ਮਾੜੀ ਚੀਜ਼ ਦੇ ਖਿਲਾਫ ਬੋਲਾਂਗੇ ਸੋ ਤੁਸੀਂ ਸਾਨੂੰ ਰੋਕ ਨਹੀਂ ਸਕਦੇ ਪਰ ਜੇ ਤੁਸੀਂ ਸਾਨੂੰ ਰੋਕੋਗੇ ਤੇ ਤੁਹਾਡੀ ਇਹ ਬਹੁਤ ਵੱਡੀ ਗਲਤੀ ਹੋਊਗੀ ਕਿਉਂਕਿ ਅਸੀਂ ਉਹ ਲੋਕ ਆ ਜਿਹੜੇ ਇਸ ਦੇਸ਼ ਦੀ ਤਰੱਕੀ ਚਾਹੁੰਦੇ ਆ ਜਿਹੜੇ ਇਸ ਦੇਸ਼ ਦੀ ਜਿਹੜੀ ਭਾਈਚਾਰਕ ਸਾਂਝ ਆ ਉਹਦੇ ਲਈ ਕੰਮ ਕਰਦੇ ਆ ਜੀ ਜੀ ਡਾਕਟਰ ਸਾਹਿਬ ਇੱਕ ਚੀਜ਼ ਸਾਫ਼ ਕਰਿਓ ਤੁਹਾਨੂੰ ਬਕਾਇਦਾ ਤੌਰ ਤੇ ਤੇ ਟਵਿੱਟਰ ਜਿਹੜਾ ਹੁਣ ਐਕਸ ਹੋ ਗਿਆ ਉਹਦੇ ਵੱਲੋਂ ਬਕਾਇਦਾ ਤੌਰ ਤੇ ਈਮੇਲ ਦੇ ਜ਼ਰੀਏ ਚੀਜ਼ ਇਨਫੋਰਮੇਸ਼ਨ ਆਈ ਆ ਕਿ ਤੁਹਾਨੂੰ ਗਵਰਨਮੈਂਟ ਆਫ ਇੰਡੀਆ ਜਾਂ ਉਹਨਾਂ ਦੇ ਬੰਦੇ ਜਿਹੜੇ ਉਹ ਟ੍ਰੋਲ ਕਰਦੇ ਪਏ ਜਾਂ ਉਹ ਉਹਨਾਂ ਦੀ ਕੰਪਲੇਂਟਸ ਆਉਂਦੀਆਂ ਪੰਗਾ ਨੇ हां जी ਉਹਨਾਂ ਵੱਲੋਂ ਈਮੇਲ ਆਈ ਆ ਕਿ ਸਰ ਗਵਰਨਮੈਂਟ ਆਫ ਇੰਡੀਆ ਨੇ ਮੈਂ ਉਹ ਸ਼ੇਅਰ ਕੀਤੀ ਆਪਣੇ ਟਵਿੱਟਰ ਤੇ ਜੀ ਉਹ ਗਵਰਨਮੈਂਟ ਆਫ ਇੰਡੀਆ ਵੱਲੋਂ ਉਹਨਾਂ ਨੂੰ ਈਮੇਲ ਕੀਤੀ ਆ ਕਿ ਪਹਿਲੀ ਗੱਲ ਇਹਦੀਆਂ ਜਿਹੜੀਆਂ ਪੋਸਟਾਂ ਵਾਂ ਪਹਿਲਾ ਪੋਸਟਾਂ ਬੈਨ ਕਰੋ ਫਿਰ ਕੀ ਇਹਦਾ ਜਿਹੜਾ ਅਕਾਊਂਟ ਹੈ ਉਹ ਇੰਡੀਆ ਦੇ ਵਿੱਚ ਬੈਨ ਕਰੋ ਸੋ ਅਫੀਸ਼ੀਅਲ ਗਵਰਨਮੈਂਟ ਆਫ ਇੰਡੀਆ ਮੈਂ ਤੁਹਾਨੂੰ ਸੈਂਡ ਵੀ ਕਰ ਦੂੰਗਾ ਮੇਰੇ ਟਵਿੱਟਰ ਤੇ ਵੈਸੇ ਮੈਂ ਪਾਤੀ ਸੀ ਤੇ ਜਦੋਂ ਮੈਂ ਮੇਰੇ ਆਪਣੇ ਮੁੰਡੇ ਹੋਣ ਇਥੇ ਵਕੀਲ ਵੀ ਆ ਮੈਂ ਉਹਨਾਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਈ ਆ ਆ ਚੀਜ਼ ਕੀਤੀ ਜੋ ਇਹਨਾਂ ਨੇ ਉਹਨਾਂ ਦੇ ਉਹ ਠੀਕ ਆ ਉਹ ਟੇਕ ਅਪ ਕਰਨਗੇ ਪਰ ਅਸੀਂ ਇਹਨੂੰ ਇੰਡੀਆ ਦੇ ਵਿੱਚ ਨਹੀਂ ਟੇਕ ਅਪ ਕਰਾਂਗੇ ਇਹਨੂੰ ਅਸੀਂ ਅਮਰੀਕਾ ਦੇ ਵਿੱਚ ਟੇਕ ਅਪ ਕਰਾਂਗੇ ਬੇਸਿਕਲੀ ਜਿਹੜੇ ਇੱਥੋਂ ਸਾਡੇ ਸੈਨੇਟਰ ਆ ਉਹਨਾਂ ਨੂੰ ਕਵਾਂਗੇ ਕਿ ਕਿਉਂਕਿ ਇਹ ਕੰਪਨੀਆਂ ਇੱਥੋਂ ਦੀਆਂ ਵਾਂ ਕਿ ਇਹ ਫਰੀडम ਆਫ ਸਪੀਚ ਜਿਹੜੀ ਆ ਜਿਹੜੇ ਅਮਰੀਕਨ ਕੰਪਨੀਆਂ ਭਾਵੇਂ ਜਿੱਥੇ ਮਰਜ਼ੀ ਕੰਮ ਕਰਦੀ ਹੋਵੇ ਉਹ ਫਰੀडम ਆਫ ਸਪੀਚ ਜਿਹੜੀ ਆ ਉਹ ਉਹਦੀ ਜਿਹੜੀ ਲੜਾਈ ਆ ਉਹ ਲੜਾਂਗੇ ਇੰਡੀਆ ਦੇ ਵਿੱਚ ਕੋਈ ਫਾਇਦਾ ਨਹੀਂ ਸਾਨੂੰ ਅਸੀਂ ਸਮਝ ਸਕਦੇ ਆ ਅਮਰੀਕਾ ਦੇ ਵਿੱਚ ਏਟਲੀਸਟ ਲੜਨ ਦੀ ਕੋਸ਼ਿਸ਼ ਕਰਾਂਗੇ ਭਾਵੇਂ ਇੱਥੇ ਸੀ ਲੀਗਲੀ ਫਾਈਟ ਆ ਜਿਹੜੀ ਉਹ ਕਰੋਗੇ ਆਹ ਕਰਾਂਗੇ ਆਪਣੇ ਮੁੰਡੇ ਹੈਗੇ ਆ ਬਖੀਰ ਆ ਚੰਗਾ ਗਰੁੱਪ ਆ ਚਲੋ ਵੇਖੋ ਕੀ ਕਰਦੇ ਆ ਡਾਕਟਰ ਸਾਹਿਬ ਜੋ ਇਸ ਵੇਲੇ ਸੰਘਰਸ਼ ਚੱਲ ਰਿਹਾ ਉਹਨੂੰ ਲੈ ਕੇ ਜਦੋਂ ਤੁਸੀਂ ਇੱਥੇ ਲੋਕਾਂ ਦੇ ਵਿੱਚ ਵਿਚਰਦੇ ਹੋ ਗੱਲਾਵਾਤਾਂ ਹੁੰਦੀਆਂ ਹੋਣਗੀਆਂ ਔਰ ਪੰਜਾਬੀ ਭਾਈ ਭੈਣਾ ਭਰਾਵਾਂ ਦੇ ਨਾਲ ਭਾਈਚਾਰੇ ਨਾਲ ਤਾਂ ਉਹਨੂੰ ਲੈ ਕੇ ਕੀ ਟਿੱਪਣੀ ਲੋਕਾਂ ਦਾ ਕੀ ਜਿਹੜਾ ਓਪੀਨੀਅਨ ਆਉਂਦਾ ਤੇ ਤੁਹਾਡਾ ਕੀ ਪੀਨੀਅਨ ਹੈ ਜਿਹੜਾ ਜੋ ਇਸ ਵੇਲੇ ਚੱਲਦਾ ਪਿਆ ਸੰਘਰਸ਼ ਉਹਨੂੰ ਲੈ ਕੇ ਕੀ ਸੋਚਦੇ ਪਏ ਹੋ ਹਾਂ ਅਕਸਰ ਜਿੱਦਾਂ ਜਿਹੜੇ ਆਪਣੇ ਪੰਜਾਬੀ ਪੰਜਾਬੀ ਭਰਾ ਕੋਈ ਬਹੁਤ ਗੁਰੂ ਘਰਾਂ ਦੇ ਵਿੱਚ ਜਿਹੜੇ ਆਪਣੇ ਹੁਣ ਅਕਸਰ ਗੁਰੂ ਘਰਾਂ ਤੋਂ ਮੈਨੂੰ ਬਹੁਤ ਫੋਨ ਆਏ ਜਿਹੜੇ ਗੁਰੂ ਘਰਾਂ ਦੇ ਪ੍ਰਧਾਨ ਆ ਆਪਣੇ ਲੱਗ-ਲੱਗ ਥਾਵਾਂ ਤੇ ਜਿੱਥੇ ਮੈਂ ਜਾਣਦਾ ਰਿਆਂ ਜਾਂ ਮੈਂ ਜਾਣਾ ਉਹਨਾਂ ਦੇ ਸਭ ਤੋਂ ਪਹਿਲਾਂ ਫੋਨ ਆਉਂਦੇ ਕਿ ਕੀ ਕਰੀਏ ਕੀ ਸੇਵਾ ਸੇਵਾ ਲਾਓ ਹਨਾ ਫਿਰ ਸਭ ਤੋਂ ਪਹਿਲਾਂ ਉਹਨਾਂ ਨੂੰ ਦੱਸੀਦਾ ਬਾਈ ਕੋਈ ਸੇਵਾ ਨਹੀਂ ਲਾਉਣੀ ਇਹ 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 ਸੇਵਾ ਲਾਉਣ ਦਾ ਟਾਈਮ ਨਹੀਂ ਆ ਉੱਥੇ ਕੰਮ ਚੱਲ ਰਿਹਾ ਆਪਣਾ ਬਹੁਤ ਵਧੀਆ ਕੋਈ ਸੇਵਾ ਨਹੀਂ ਸਭ ਕੁਝ ਬਹੁਤ ਫਰਸਟ ਕਲਾਸ ਆ ਫਿਰ ਇੱਕ ਫੋਨ ਆਉਂਦਾ ਕਿ ਕੀ ਹੋ ਕੀ ਰਿਹਾ ਇਹ ਫਿਰ ਕਿਸਾਨੀ ਅੰਦੋਲਨ ਸ਼ੁਰੂ ਹੋ ਗਿਆ ਫਿਰ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰੀਦੀ ਜਿਦਾ ਤੁਹਾਡੇ ਇੱਥੇ ਆਮ ਇੱਕ ਚੀਜ਼ ਚੱਲ ਰਹੀ ਹੈ ਜੀ ਕਿਸਾਨ ਅੰਦੋਲਨ 2.0 ਲਿਖ ਦਿੰਦੇ ਆ ਫਿਰ ਉਹਨਾਂ ਨੂੰ ਦੱਸੀਦਾ ਕਿ ਨਹੀਂ ਇਹ ਸੰਯੁਕਤ ਕਿਸਾਨ ਮੋਰਚੇ ਦਾ ਅੰਦੋਲਨ ਨਹੀਂ ਸੰਯੁਕਤ ਕਿਸਾਨ ਮੋਰਚਾ ਜਿਹੜਾ ਇੱਕ ਬਹੁਤ ਵੱਡਾ ਸੰਗਠਨ ਆ ਜਿਹੜਾ ਇੰਡੀਆ ਦਾ ਬਹੁਤ ਵੱਡਾ ਸੰਗਠਨ ਬਣ ਚੁੱਕਿਆ ਵਾ ਇਹ ਉਹਨਾਂ ਦਾ ਨਹੀਂ ਉਹਦੇ ਵਿੱਚੋਂ ਦੋ ਕਿਸਾਨ ਯੂਨੀਅਨਾਂ ਸੀ ਔਰ ਇੱਕ ਆਪਣੀ ਜਿਹੜੀ ਮਾਝੇ ਵਾਲਿਆਂ ਦੀ ਆਪਣੀ ਸੰਘਰਸ਼ ਕਮੇਟੀ ਆ ਪੰਨੂ ਸਾਹਿਬ ਉਹਨਾਂ ਦੀ ਪੰਦੇਸ ਸਾਹਿਬ ਨਾਲ ਦੀ ਹੋਰ ਆਪਣੇ ਮੁੰਡੇ ਬਹੁਤ ਮਾਝੇ ਵਾਲੇ ਉਹਦੇ ਵਿੱਚ ਨੇ ਤੇ ਉਹਨਾਂ ਦਾ ਇਹ ਸੰਘਰਸ਼ ਵੰਡਿਆ ਲੜਾਈ ਉਹੀ ਆ ਪਰ ਇਹ ਸਿਰਫ ਦੋ ਕਿਸਾਨ ਯੂਨੀਅਨ ਆ ਔਰ ਮੈਂ ਹੈਰਾਨ ਆ ਕਿ ਦੋ ਕਿਸਾਨ ਯੂਨੀਅਨਾਂ ਹੀ ਵੇਖੋ ਕਿਦਾਂ ਸਰਕਾਰ ਨੂੰ ਭਜਾਈ ਫਿਰਦੀਆਂ ਤੇ ਜਿੱਦਨ ਉਹ ਸੰਯੁਕਤ ਕਿਸਾਨ ਮੋਰਚੇ ਵਾਲੇ ਕਿਤੇ ਗਲਤੀ ਨਾਲ ਆ ਗਏ ਜਾਂ ਸਾਰਾ ਦੇਸ਼ ਦਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹ ਇਕੱਠਾ ਹੋ ਗਿਆ ਤੇ ਤੁਸੀਂ ਸੋਚ ਆਪੇ ਹੀ ਸੋਚੋ ਕਿ ਇਹ ਇਹ ਜਿਹੜਾ ਮਾਹੌਲ ਆ ਕਿੱਧਰ ਜਾਊਗਾ ਸੋ ਇਹ ਲੋਕਾਂ ਦਾ ਕੁਐਸਚਨ ਹੁੰਦਾ ਕਿ ਇਹ ਇਹ ਮੋਰਚਾ ਹੈ ਕੀ ਫਿਰ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰੀਦੀ ਕਿ ਇਹ ਮੰਗਾ ਉਹੀ ਆ ਯੇਰੀਆ ਸਰਕਾਰ ਨੇ ਕਿਹਾ ਸੀ ਅਸੀਂ ਅਸੀਂ ਮੰਨਾਂਗੇ 2 ਸਾਲ ਹੋ ਗਏ ਲਾਰਾ ਲਾ ਕੇ ਅਜੇ ਤੱਕ ਕਮੇਟੀ ਨਹੀਂ ਬਿਠਾਈ ਤੇ ਫਿਰ ਕਿਸਾਨ ਤੇ ਵਿਚਾਰਾ ਕੀ ਕਰੇ ਉਹ ਕਿਸਾਨ ਸੜਕਾਂ ਤੇ ਆ ਗਿਆ ਆਪਣੀਆਂ ਮੰਗਾਂ ਲਈ ਫਿਰ ਲੋਕਾਂ ਨੂੰ ਇਹ ਦੱਸਣਾ ਪੈਂਦਾ ਕਿ ਇਹ ਕਿਉਂ ਆਇਆ ਮੈਂ ਇਹ ਦੇ ਉੱਪਰ ਵੀ ਕੱਲ ਵੀਡੀਓ ਇੱਕ ਪਾਈ ਸੀ ਕਿ ਇੰਡੀਆ ਦਾ ਮਜ਼ਦੂਰ ਦੀ ਐਸੋਲੀ ਕਮਾਈ ਤੁਸੀਂ ਵੇਖ ਲਓ ਤੁਹਾਡੇ ਸਾਹਮਣੇ ਆ ਔਰ ਮੈਂ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਇੰਡੀਆ ਦਾ ਜਿਹੜਾ ਡਾਕਟਰ ਆ ਨਾ ਜਿਹੜੇ ਸਾਡੇ ਅਮਰੀਕਾ ਦਾ ਸਫਾਈ ਕਰਮਚਾਰੀ ਉਹ ਤੋਂ ਘੱਟ ਕਮਾਉਂਦਾ ਤੇ ਕਮਾਉਂਦਾ ਕੌਣ ਹੈ ਇੰਡੀਆ ਚ ਇਹ ਨਹੀਂ ਕਿ ਤੁਹਾਡੇ ਇੱਥੇ ਕਮਾਈ ਨਹੀਂ ਹੈਗੀ ਕਿਉਂਕਿ ਇੰਟਰਨੈਸ਼ਨਲ ਮਾਰਕੀਟ ਤੇ ਤੁਸੀਂ ਵੀ ਉਹੀ ਚੀਜ਼ ਵੇਚਦੇ ਜੋ ਜਿਹੜੀ ਅਮਰੀਕਾ ਚੋਂ ਬਣੀ ਚੀਜ਼ ਆਉਂਦੀ ਆ ਤੇ ਵਿਕਦੀ ਵੀ ਓਨੇ ਦੀ ਆ ਜੀ ਡਿਫਰੈਂਸ ਇਹ ਆ ਕਿ ਤੁਹਾਡਾ ਸਾਰਾ ਪੈਸਾ ਜਿਹੜੇ ਕਾਰਪੋਰੇਟ ਖਾ ਜਾਂਦੇ ਆ ਅਦਾਨੀ ਹੋਏ ਅੰਬਾਨੀ ਹੋਏ ਉਹ ਪੰਜ ਪਰਿਵਾਰ ਖਾ ਜਾਂਦੇ ਆ ਪੈਸੇ ਦੀ ਓਨੇ ਦੀ ਵਿਕਦੀ ਆ ਪਰ ਜਿਹੜਾ ਚੀਜ਼ ਉਹ ਬਣਾਉਂਦਾ ਵਾ ਜਿਹੜਾ ਚੀਜ਼ ਉਹ 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 ਪੈਦਾ ਕਰਦਾ ਵਾ ਉਹਦੇ ਦਾ ਕੋਈ ਪੈਸਾ ਨਹੀਂ ਜਾਂਦਾ ਅਮਰੀਕਾ ਚੋਂ ਉਹਦੇ ਕੋਈ ਪੈਸਾ ਆਉਂਦਾ ਸੋ ਇੱਥੇ ਜਿਹੜੀ ਕਮਾਈ ਹੈ ਜਿਆਦੀ ਆ ਤੁਹਾਡੇ ਕਮਾਈ ਘਟਿਆ ਪੈਸਾ ਉਹ ਨਹੀਂ ਆ ਹੁਣ ਤੁਸੀਂ ਸੋਚੋ ਇੰਡੀਆ ਵਰਗਾ ਦੇਸ਼ ਆ ਜਿੱਥੇ ਮਜ਼ਦੂਰ ਦੀ ਤਨਖਾਹ 300 ਰੁਪਿਆ ਵਾ ਦਿਹਾੜੀ ਉਥੇ ਦਾਨੀ ਅਬਾਨੀ ਦੁਨੀਆ ਦੇ ਰੇਚ ਬਣੇ ਫਿਰਦੇ ਉਹ ਕਿੱਥੋਂ ਆਇਆ ਪੈਸਾ ਉਹ ਇਹਨਾਂ ਦੇ ਹੱਕ ਆ ਉਹ ਇਹਨਾਂ ਦੀ ਕਮਾਈ ਆ ਜਿਹੜੀ ਉਹ ਖਾ ਰਹੇ ਆ ਸੋ ਇਹ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰੀਦੀ ਆ ਕਿ ਭਈ ਇਹ ਜਿਹੜੇ ਕਿਸਾਨ ਆ ਇਹ ਆਖਰੀ ਆਵਾਜ਼ ਆ ਹੋਰ ਕੋਈ ਨਹੀਂ ਬੋਲ ਰਿਹਾ ਨਾ ਇੰਡੀਆ ਚ ਡਾਕਟਰ ਬੋਲਦਾ ਨਾ ਇੰਜੀਨੀਅਰ ਬੋਲਦੇ ਨਾ ਆ ਪੰਜਾਬ ਚ ਵਿਚਾਰੇ ਟੀਚਰ ਹੈਗੇ ਜਿਹੜੇ ਡਾਂਗਾ ਖਾ ਜਾਂਦੇ ਆ ਹੋਰ ਕੋਈ ਨਹੀਂ ਬੋਲਦਾ ਇਹ ਕਿਸਾਨ ਹੀ ਆ ਦੇਸ਼ ਦੇ ਵਿੱਚ ਜਿਹੜੇ ਲੜਾਈ ਕਰ ਸਕਦੇ ਆ ਤੇ ਲੋਕਾਂ ਨੂੰ ਉਹਨਾਂ ਦੇ ਹੱਕ ਦਵਾ ਸਕਦੇ ਆ ਇਹ ਗੱਲ ਆ ਫਿਰ ਇੱਕ ਜਿਹੜੀ ਬਹੁਤ ਆਮ ਗੱਲ ਆ ਜਿਹੜੀ ਲੋਕਾਂ ਦਾ ਹੁੰਦਾ ਕਿ ਯਾਰ ਇਕੱਠੇ ਕਿਉਂ ਨਹੀਂ ਆ ਔਰ ਉਹ ਸਾਡੀ ਆਪਣੇ ਸਾਰਿਆਂ ਦੀ ਉਹ ਗੱਲ ਹੁੰਦੀ ਆ ਕਿਉਂਕਿ ਇਤਿਹਾਸ ਆਪਾਂ ਸਾਰਿਆਂ ਨੇ ਪੜਿਆ ਸਾਰਿਆਂ ਨੂੰ ਪਤਾ ਕਿ ਬੜਾ ਔਖਾ ਜਿਹੜਾ ਪੰਜਾਬ ਦਾ ਜਿਹੜਾ ਮਾਹੌਲ ਆ ਬੜੇ ਔਖੀ ਤਰ੍ਹਾਂ ਆਪਾਂ ਕਾਬੂ ਕੀਤਾ ਸਿੱਖ ਮਿਸਲਾਂ ਦਾ ਟਾਈਮ ਘੱਲੂ ਘਾਰਿਆਂ ਦਾ ਟਾਈਮ ਹਰ ਇੱਕ ਨੇ ਪੜਿਆ ਕਿੰਨਾ ਦਰਦਨਾਕ ਕੰਮ ਉਹ ਮਾਹੌਲ ਸੀ ਜਦੋਂ 25-25 ਹਜ਼ਾਰ ਜਿਹੜੇ ਸਿੰਘ ਆ ਸ਼ਹੀਦ ਕੀਤੇ ਗਏ 25-25 ਹਜ਼ਾਰ ਆਪਣੀ ਅੱਧੀ ਆਬਾਦੀ ਜਿਹੜੀ ਆ ਖਤਮ ਹੋ ਗਈ ਸੀ ਇੱਕ ਟਾਈਮ ਐਸਾ ਸੀ ਕੱਲੂ ਕਾਰ ਦੇ ਵਿੱਚ ਜੀ ਉਹਨਾਂ ਨੂੰ ਫਿਰ ਜਦੋਂ ਰਣਜੀਤ ਸਿੰਘ ਦਾ ਟਾਈਮ ਆਇਆ ਸਿੱਖ ਮਿਸਲਾਂ ਇਕੱਠੀਆਂ ਹੋਈਆਂ ਤੇ ਖਾਲਸੇ ਦਾ ਰਾਜ ਆਇਆ ਤੇ ਪੰਜਾਬ ਦੇ ਵਿੱਚ ਖੁਸ਼ਹਾਲੀ ਆਈ ਜੇ ਅਸੀਂ ਪੰਜਾਬ ਨੂੰ ਖੁਸ਼ਹਾਲ ਕਰਨਾ ਚਾਹੁੰਦੇ ਆ ਜੇ ਅਸੀਂ ਪੰਜਾਬ ਦੀ ਤਰੱਕੀ ਚਾਹੁੰਦੇ ਆ ਤੇ ਸਾਨੂੰ ਉਹ ਸਿੱਖ ਮਿਸਲਾਂ ਵਾਂਗੂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਜਿੱਦਾਂ ਇਕੱਠੀਆਂ ਹੋਈਆਂ ਸੀ ਹਰ ਇੱਕ ਨੂੰ ਪੰਜਾਬ ਬਾਰੇ ਸੋਚਣਾ ਪਊਗਾ ਜਿਹੜੀ ਆਪਣੀ ਇੰਡੀਵਿਜੂਅਲ ਸੋਚ ਆ ਭਈ ਇਹ ਮੇਰਾ ਹੋ ਜੇ ਮੈਂ ਪ੍ਰਧਾਨ ਬਣ ਜਾ ਮੇਰਾ ਹੋ ਜੇ ਮੈਂ ਆ ਉਹ ਸੋਚ ਪਿੱਛੇ ਰੱਖਣੀ ਪਊਗੀ ਦੂਰ ਅੰਦੇਸ਼ੀ ਦੀ ਸੋਚ ਰੱਖਣੀ ਪਊਗੀ 50 100 ਸਾਲ ਅੱਗੇ ਦੀ ਸੋਚ ਰੱਖਣੀ ਪਊਗੀ ਮੇਰੇ ਮੇਰੇ ਨਿਆਣਿਆਂ ਨੇ ਇਸੇ ਪੰਜਾਬ ਵਿੱਚ ਰਹਿਣਾ ਮੇਰੇ ਆਉਣ ਵਾਲੀਆਂ ਪੀੜ੍ਹੀਆਂ ਨੇ ਇਸੇ ਪੰਜਾਬ ਵਿੱਚ ਰਹਿਣਾ ਔਰ ਜਿਹੜੇ ਬਾਹਰ ਚਲ ਗਏ ਉਹਨਾਂ ਨੂੰ ਵੀ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਅਗਲੀ 1 2 ਪੀੜ੍ਹੀ ਰਹਿਣੀ ਆ ਤੀਜੀ ਪੀੜ੍ਹੀ ਨੂੰ ਪਤਾ ਹੀ ਨਹੀਂ ਹੋਣਾ ਕਿ ਬਾਬਾ ਕੌਣ ਸੀ ਪਿੰਡ ਕਿਹੜਾ ਸੀ ਸੋ ਜੇ ਬਚ ਕੇ ਰਹਿਣਾ ਤੇ ਪੰਜਾਬ 'ਚ ਹੀ ਰਹਿਣਾ ਪੈਣਾ ਤੇ ਪੰਜਾਬ ਵਿੱਚ ਇੱਕ ਪੈਰ ਰੱਖਣਾ ਪੈਣਾ ਤੇ ਹਰ ਇੱਕ ਨੂੰ ਸਮਝਣਾ ਪੈਣਾ ਕਿ ਪੰਜਾਬ ਜਿਹੜੀ ਜ਼ਿੰਮੇਵਾਰੀ ਉਹ ਸਾਡੀ ਆ ਪੰਜਾਬ 100-100 ਸਾਲ ਅੱਗੇ ਸੋਚਣਾ ਪਊਗਾ ਆਪਣੀ ਜਿਹੜੀ ਮਾਂ ਆ ਮਾਂ ਪਿੱਛੇ ਕਰਕੇ ਪੰਜਾਬ ਨੂੰ ਅੱਗੇ ਰੱਖਣਾ ਪਊਗਾ ਸੋ ਆਈ ਥਿੰਕ ਇਹ ਗੱਲਾਂ ਜਿਹੜੀਆਂ ਅਸੀਂ ਕਰਦੇ ਆ ਇੱਥੇ ਐਨ ਆਰ ਆਈ ਵੀਰ ਜਿਹੜੇ ਸਾਰੇ ਕਰਦੇ ਆ ਸਾਰੇ ਚਿੰਤਕ ਆ ਸਾਰੇ ਚਾਹੁੰਦੇ ਆ ਕਿ ਪੰਜਾਬ ਖੁਸ਼ਹਾਲ ਹੋਵੇ ਔਰ ਜੋ ਇਹ ਇਸ ਵਾਲੇ ਮਾਹੌਲ ਆ ਕਿ ਸਾਡੇ ਬੱਚੇ ਕਲਾਸਾਂ ਦੇ ਵਿੱਚ ਨਹੀਂ ਡਾਂਗਾ ਖਾਂਦੇ ਵਿਖਦੇ ਆ ਤੇ ਬੜਾ ਬੜਾ ਅਫਸੋਸ ਹੁੰਦਾ ਤੇ ਮਨ ਵੀ ਖਰਾਬ ਹੁੰਦਾ ਕਿਵਰੀ ਕੰਮ ਤੇ ਵੀ ਦਿਲ ਨਹੀਂ ਲੱਗਦਾ ਤੇ ਪਰ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਪੰਜਾਬ ਜਿਹੜਾ ਉਹ ਤਰੱਕੀ ਵਾਲੀ ਰਹੇ ਜੀ 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 ਤਾਂ ਇਸ ਵਾਰ ਹੈ ਮਨ ਡਾਕਟਰ ਸਾਹਿਬ ਕਿ ਇਥੇ ਆ ਕੇ ਸੰਘਰਸ਼ ਦੇ ਵਿੱਚ ਸ਼ਾਮਲ ਹੋਈਏ ਜਿੱਦਾਂ ਇਹ ਕਿ ਥੋੜਾ ਅੱਗੇ ਨੂੰ ਵਾਅਦਾ ਫੁੱਲਦਾ ਜਾਂ ਕੁਝ ਗੱਲਾਂ ਨੂੰ ਲੈ ਕੇ ਹੋਰ ਅੱਗੇ ਨੂੰ ਜਾਂਦਾ ਤਾਂ ਮੇਰੀ ਰੋਜ਼ ਹੀ ਟੀਮ ਵੱਲੋਂ ਮੈਨੂੰ ਮੈਸੇਜ ਲੱਗ ਜਾਂਦਾ ਹਾਂ ਦੇ ਡਾਕਟਰ ਸਾਹਿਬ ਆਇਓ ਨਾ ਉਹਨਾਂ ਨੂੰ ਪਤਾ ਕਿ ਡਾਕਟਰ ਦਾ ਕੋਈ ਪਤਾ ਨਹੀਂ ਤੇ ਮੇਰੇ ਕੱਲ ਪਿੰਡ ਹੀ ਆਪਣੇ ਨਾ ਮੁੰਡੇ ਬੈਠੇ ਸੀ ਤੇ ਉੱਥੇ ਵੀ ਇਹੋ ਗੱਲਬਾਤ ਚੱਲੀ ਤੇ ਉਹਨਾਂ ਨੇ ਵੀ ਇਹੋ ਗੱਲ ਕੀਤੀ ਡਾਕਟਰ ਸਾਹਿਬ ਦਾ ਪਤਾ ਨਹੀਂ ਤੇ ਮੇਰਾ ਵਾਕਈ ਨਹੀਂ ਪਤਾ ਜਿੱਦਣ ਲੋਡ ਪੈ ਗਈ ਨਾ ਜਿੱਦਣ ਆਵਾਜ਼ ਵੱਜ ਗਈ ਤੇ ਉਦੋਂ ਰਿਆ ਨਹੀਂ ਜਾਣਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਮੇਰਾ ਮੇਰੇ ਜਿਹੜੇ ਸੁਪਨੇ ਆ ਨਾ ਉਹ ਸੁਪਨੇ ਆ ਇੱਕ ਕਿ ਮੈਂ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਔਰ ਜਿਹੜੀਆਂ ਡਾਂਗਾ ਖਾ ਲੈਣੀਆਂ ਧਰਨਿਆਂ ਤੇ ਬਹਿ ਜਾਣਾ ਇਹ ਮਕਸਦ ਮੇਰੇ ਲਈ ਇਹ ਮੇਰੇ ਲਈ ਮਕਸਦ ਨਹੀਂ ਆ ਹਾਂ ਜੇ ਲੋਕਾਂ ਲਈ ਬਹਿਣਾ ਪਿਆ ਤਾਂ ਬਹਾਂਗੇ ਮੈਂ ਚਾਹੁੰਦਾ ਯਾਰ ਪੰਜਾਬ ਦੇ ਵਿੱਚ ਦੁਨੀਆ ਦਾ ਇੱਕ ਇੱਕ ਨੰਬਰ ਹਸਪੀਟਲ ਸਭ ਤੋਂ ਤਕੜਾ ਹਸਪੀਟਲ ਜਿਹੜਾ ਦੁਨੀਆ ਦਾ ਉਹ ਪੰਜਾਬ ਦੇ ਵਿੱਚ ਉਹ ਖੜਾ ਕਰਨਾ ਚਾਹੁੰਦਾ ਮੈਡੀਕਲ ਸਕੂਲ ਖੜਾ ਕਰਨਾ ਚਾਹੁੰਦਾ ਜਿੱਥੋਂ ਅਸੀਂ ਐਸੇ ਡਾਕਟਰ ਪੈਦਾ ਕਰੀਏ ਜਿਹੜੇ ਸਾਡੇ ਲੋਕਾਂ ਦੇ ਲਈ ਇਲਾਜ ਕਰਨ ਉਹ ਉਹ ਕੀੜਿਆਂ ਵਾਂਗੂ ਇਲਾਜ ਨਾ ਕਰਨ ਕਿ ਜਿਹੜਾ ਨੋਚਣ ਲੋਕਾਂ ਨੂੰ ਉਹ ਚੀਜ਼ ਪੈਦਾ ਕਰਨਾ ਚਾਹੁੰਦਾ ਉਹਦੇ ਲਈ ਮੈਨੂੰ ਟਾਈਮ ਚਾਹੀਦਾ ਉਹਦੇ ਲਈ ਮੈਨੂੰ ਆ ਜੋ ਕੁਝ ਕਰ ਰਿਹਾ ਉਹ ਮੈਨੂੰ ਕਰਨਾ ਪੈਣਾ ਸੋ ਮਨ ਤੇ ਕਰਦਾ ਕਿ ਭੱਜ ਕੇ ਪੰਜਾਬ ਆ ਜਾ ਤਾਂ ਹੋ ਸਕਦਾ ਜੇ ਆਵਾਜ਼ ਵੱਜ ਗਈ ਤੇ ਹੁਣਾਂ ਵੀ ਪਹਜੇ ਪਰ ਜਿਹੜੇ ਸੁਪਨੇ ਆ ਨਾ ਯਾਰ ਪੰਜਾਬ ਲਈ ਬੜੇ ਵੱਡੇ ਆਪਣੇ ਦਿਲ 'ਚ ਰੱਖੇ ਆ ਸੋ ਇਹ ਚੀਜ਼ਾਂ ਜਿੱਦਾਂ ਮੇਰੇ ਸੁਪਨੇ ਆ ਪੰਜਾਬ ਲਈ ਮੈਨੂੰ ਪਤਾ ਬਹੁਤ ਲੋਕਾਂ ਦੇ ਇਦਾਂ ਦੇ ਸੁਪਨੇ ਆ ਔਰ ਜਦੋਂ ਇਦਾਂ ਅੰਦੋਲਨ ਚੱਲਦੇ ਉਹਨਾਂ ਦੇ ਸੁਪਨੇ ਉਹਨਾਂ ਨੂੰ ਸਾਈਡ 'ਤੇ ਰੱਖਣੇ ਪੈਂਦੇ ਅਗਿਆਨ ਮੈਂ ਉਹੀ ਗੱਲ ਕਰਦਾ ਆਪਣੀ ਮੈਂ ਜਿਹੜੀ ਆ ਉਹ ਸਾਈਡ 'ਤੇ ਰੱਖਣੀ ਪੈਣੀ ਆ ਤੇ ਜਦੋਂ ਜੇ ਲੋੜ ਪੈ ਗਈ ਤੇ ਪੰਜਾਬ ਲਈ ਸਭ ਕੁਝ ਵਾਰਨ ਲਈ ਰੈਡੀ ਆ ਤੇ ਪਰ ਇਸ ਟਾਈਮ ਤੇ ਮੈਨੂੰ ਪਤਾ ਜਿਹੜੀ ਆਪਣੀ ਟੀਮ ਜਿਹੜੀ ਉੱਥੇ ਕੰਮ ਕਰ ਰਹੀ ਆ ਬਹੁਤ ਵਧੀਆ ਉਹਨਾਂ ਨੇ ਕੰਟਰੋਲ ਕੀਤਾ ਵਾ ਡਾਕਟਰ ਆਪਣੇ ਪੂਰੇ ਰੈਡੀ ਰਹਿੰਦੇ ਆ ਹਾਂ ਪਰ ਇਹ ਇਹਦੇ ਵਿੱਚ ਕੋਈ ਸ਼ ਕੀ ਜੇ ਆਵਾਜ਼ ਪੈ ਗਈ ਤੇ ਫਿਰ ਪਹਿਲੀ ਫਲਾਈਟ ਫੜ ਕੇ ਆ ਜਾਗੇ ਜੀ 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 ਕਿਸਾਨੀ ਸੰਘਰਸ਼ ਨੂੰ ਲੈ ਕੇ ਲੀਡਰਾਂ ਦੇ ਵਿੱਚ ਵੀ ਹਾਲੇ ਤੱਕ ਜਿਹੜਾ ਉਹ ਪਹਿਲਾ ਸੋਰਾ ਉਹ ਇੱਕ ਸੁਰ ਨਹੀਂ ਸੀਗੇ ਚਲੋ ਠੀਕ ਆ ਬਾਅਦ ਦੇ ਵਿੱਚ ਤਸ਼ੱਦਦ ਹੋਇਆ ਤਾਂ ਤਸ਼ੱਦਦ ਨੂੰ ਲੈ ਕੇ ਸਾਰੇ ਆਲਮੋਸਟ ਹੌਲੀ ਹੌਲੀ ਕਰਕੇ ਇੱਕ ਸੁਰ ਹੋਣੇ ਸ਼ੁਰੂ ਹੋ ਗਏ ਤੇ ਕਿਹੜੀ ਚੀਜ਼ ਲੱਗਦੀ ਹੈ ਤੁਸੀਂ ਖਾਸ ਕਰਕੇ ਜਿਹੜਾ ਇਸ ਵੇਲੇ ਕਿਸਾਨ ਆਗੂ ਨੇ ਉਹਨਾਂ ਦੇ ਵਿੱਚ ਤੁਹਾਨੂੰ ਲੱਗਿਆ ਹੋਵੇ ਕਿ ਅਰ ਵੀ ਆ ਕਮੀਨਾਤ ਉਹ ਰਹਿ ਗਈ ਜਾਂ ਕਮੀ ਘਟੋਟ ਦੂਰ ਕਰ ਲੈਣ ਤਾਂ ਜੋ ਸੰਘਰਸ਼ ਨੂੰ ਵੀ ਬੂਰ ਪਵੇ ਤੇ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹਦਾ ਵੀ ਸਾਰਥਕਲ ਨਿਕਲਿਆਵੇ ਵੇਖੋ ਮੇਰੀ ਕਿਸਾਨ ਜਿਹੜੇ ਆਪਣੇ ਯੂਨੀਅਨਾਂ ਦੇ ਲੀਡਰ ਆ ਉਹਨਾਂ ਨਾਲ ਕਾਫੀ ਗੱਲਬਾਤ ਹੁੰਦੀ ਰਹਿੰਦੀ ਆ ਦੋਵੇਂ ਸਾਈਡਾਂ ਤੇ ਮੈਂ ਨਹੀਂ ਕਹਿੰਦਾ ਇਕੱਲੇ ਆ ਆਪਣੇ ਆ ਸੰਯੁਕਤ ਕਿਸਾਨ ਮੋਰਚੇ ਵਾਲੇ ਨਹੀਂ ਦੂਜੇ ਬੰਨੇ ਵੀ ਮੇਰੀ ਕਾਫੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨਾਲ ਗੱਲਬਾਤ ਹੋਈ ਆ ਔਰ ਮੈਂ ਪਹਿਲਾਂ ਟਰਾਈ ਕੀਤੀ ਆ ਆਪਣੇ ਜੋ ਜਿੰਨੇ ਜੋਗਾ ਹੈਗਾ ਸਾ ਕਿ ਬਈ ਕਿੱਦਾਂ ਆਪਾਂ ਆਪਣੇ ਜਿਹੜੇ ਡਿਫਰੈਂਸਿਸ ਆ ਇਹਨਾਂ ਨੂੰ ਦੂਰ ਕਰ ਸਕੀਏ ਤੇ ਡਿਫਰੈਂਸਿਸ ਕੋਈ ਜ਼ਿਆਦਾ ਨਹੀਂ ਆ ਇਹਨਾਂ ਦੀ ਜਿਹੜੀ ਲੜਾਈ ਆ ਸੇਮ ਜੀ ਆ ਹਨਾ ਐਮਐਸਪੀ ਦੀ ਆ ਕਿਸਾਨਾਂ ਦੀ ਲੜਾਈ ਆ ਲੜਾਈ ਇੱਕੋ ਹੀ ਆ ਲੜਨ ਦਾ ਤਰੀਕਾ ਡਿਫਰੈਂਟ ਆ ਔਰ ਗੱਲ ਮੈਂ ਇੱਕ ਐਗਜ਼ਾਮਪਲ ਜਿਹੜੀ ਦਵਾ ਤੁਹਾਨੂੰ ਇੱਕ ਮਹਾਤਮਾ ਗਾਂਧੀ ਇੱਕ ਭਗਤ ਸਿੰਘ ਆ ਕਹਿ ਲਓ ਲੜਾਈ ਦੋਵਾਂ ਦੀ ਗੋਰਿਆਂ ਦੇ ਨਾਲ ਆ ਜੇ ਇਕੱਠੇ ਕਰਕੇ ਲੜਨਗੇ ਹੋ ਸਕਦਾ ਇੱਕ ਦੂਜੇ ਨਾਲ ਲੜਦੇ ਰਹਿ ਜਾਣ ਪਰ ਜੇ ਇਕੱਲੇ-ਇਕੱਲੇ ਲੜੇ ਤੇ ਆਜ਼ਾਦੀ ਮਿਲ ਗਈ ਦੇਸ਼ ਨੂੰ ਸੋ ਮੈਂ ਇਹੋ ਗੱਲ ਕਹਿਣਾ ਤੇ ਹੋ ਸਕਦਾ ਇਕੱਠੇ ਜਿਦਾਂ ਆਪਣੇ ਲੋਕ ਅਕਸਰ ਕਹਿੰਦੇ ਯਾਰ ਇਕੱਠੇ ਕਿਉਂ ਨਹੀਂ ਹੁੰਦੇ ਉਹ ਕਈ ਵਾਰੀ ਭਾਈ ਕੋਈ ਗੱਲ ਨਹੀਂ ਜੇ ਇਹਨਾਂ ਨੇ ਇਕੱਲੇ ਇਹਨਾਂ ਨੇ ਮਨਮ ਬਣਾ ਲਿਆ ਨਾ ਕਿ ਯਾਰ ਅਸੀਂ ਐਲ ਕੱਠੇ ਨਹੀਂ ਹੋ ਸਕਦੇ ਜਾਂ ਇਕੱਠੇ ਨਹੀਂ ਲੜ ਸਕਦੇ ਤੇ ਕੋਈ ਗੱਲ ਨਹੀਂ ਲੜਨਾਂ ਦੇ ਤੋਂ ਇਕੱਲੇ-ਇਕੱਲੇ ਉਹ ਗੱਲ ਸਿੱਖ ਮਿਸਲਾਂ ਵਾਲੀ ਆ ਜਦੋਂ ਲੋਕਾਂ ਨੂੰ ਡਾਂਗਾ ਪੈ ਗਈਆਂ ਤੇ ਹੋ ਸਕਦਾ ਫੇਰ ਕਹਿਣਗੇ ਚਲੋ ਇਕੱਠੇ ਹੋ ਜਾਈਏ ਜਾਂ ਹੋ ਸਕਦਾ ਲੋਕ ਕਹਿਣ ਬਾਈ ਸਾਨੂੰ ਇਹ ਲੀਡਰ ਨਹੀਂ ਚਾਹੀਦੇ ਸਾਨੂੰ ਨਵਾਂ ਲੀਡਰ ਚਾਹੀਦਾ ਜਿਹੜਾ ਜਿਹੜਾ ਇਕੱਠਾ ਹੋ ਕੇ ਚੱਲੂਗਾ ਸੋ ਪਰ ਮੈਨੂੰ ਮੈਂ ਜਿੰਨੇ ਲੀਡਰ ਲੀਡਰਾਂ ਨਾਲ ਗੱਲ ਕੀਤੀ ਜਾਂ ਆਪਣੇ ਜਿਹੜੇ ਯੂਨੀਅਨਾਂ ਦੇ ਪ੍ਰਧਾਨ ਹੈ ਜਾਂ ਯੂਨੀਅਨਾਂ ਦੇ ਸੂਬਾ ਪ੍ਰਧਾਨ ਹੈ ਜਾਂ ਮੁੰਡੇ ਆ ਕੋਈ ਮਾੜਾ ਨਹੀਂ ਆ ਸਾਰੇ ਦਿਲੋਂ ਪੰਜਾਬ ਲਈ ਚੰਗਾ ਚਾਹੁੰਦੇ ਆ ਸਾਰੇ ਦਿਲੋਂ ਚੰਗੇ ਆ ਸਾਰੇ ਨਾਲ ਬੈਠਾ ਭਾਵੇਂ ਡੱਲੇਵਾਲ ਸਾਹਿਬ ਆ ਭੰਡੇਰ ਸਾਹਿਬ ਆ ਪੰਨੂ ਸਾਹਿਬ ਆ ਆਪਣੀ ਸੰਘਰਸ਼ ਕਮੇਟੀ ਤੋਂ ਜਾਂ ਆਪਣੇ ਦੂਜੇ ਬੰਨੇ ਆ ਜੋ ਰਾਜੇਵਾਲ ਹੁਣੀ ਆ ਜਾਂ ਆਪਣੇ ਪੰਨੂ ਸਾਹਿਬ ਆ ਦੂਜੇ ਬੰਨੇ ਆ ਹੋਰ ਲੀਡਰਾਂ ਦੇ ਮੈਂ ਬੂਟਾ ਸਿੰਘ ਜੀ ਬੁਰਜਗੀਲ ਹੁਣੀ ਆ ਆਪਣੇ ਜਿਹੜੇ ਧਨੇਰ ਬਹੁਤ ਸਾਡੇ ਦਿਲੋਂ ਕਲੋਜ਼ ਆ ਉਹਨਾਂ ਦੇ ਦਿਲੋਂ ਮਤ ਕਿ ਉਹਨਾਂ ਦੀ ਲੜਾਈ ਵੇਖੀ ਆ ਕਿੰਨਾ ਉਹਨਾਂ 'ਚ ਜੋਸ਼ ਆ ਉਹ ਜੇ ਉਹ ਸੂਰਮੇ ਆ ਹਨਾ ਉਹ ਆਪਣੇ ਜਿਹੜੇ ਜਿੰਨੇ ਵੀ ਆਪਣੇ ਆ ਕਿਸਾਨ ਯੂਨੀਅਨ ਵਾਲੇ ਆ ਸਾਰੇ ਅਗਰਾਹ ਸਾਹਿਬ ਸਾਰੇ ਆਪਣੇ ਪੰਜਾਬ ਲਈ ਚੰਗਾ ਚਾਹੁੰਦੇ ਆ ਲੜਾਈ ਉਹਨਾਂ ਦੀ ਆਪਣੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਡਿਕਟੇਟ ਨਹੀਂ ਕਰ ਸਕਦੇ ਅਸੀਂ ਉਹਨਾਂ ਨੂੰ ਡਿਕਟੇਟ ਪਰ ਅਸੀਂ ਅਗੇਨ ਇਹੋ ਹੀ ਕਹਿੰਨੇ ਆ ਕਿ ਬਾਈ ਜਿਹੜਾ ਵੀ ਤੁਸੀਂ ਰਾਹ ਤੁਸੀਂ ਰਾਹ ਦੱਸੋ ਅਸੀਂ ਬਾਈ ਪਿੱਛੇ ਤੁਹਾਡੇ ਆਵਾਂਗੇ ਨੋ ਪ੍ਰੋਬਲਮ ਜੀ ਜੀ ਡਾਕਟਰ ਸਾਹਿਬ ਜਦੋਂ ਤੁਸੀਂ ਕਹਿੰਦੇ ਹੋ ਕਿ ਦੋਨਾਂ ਧਿਰਾਂ ਨਾਲ ਗੱਲਬਾਤ ਹੁੰਦੀ ਆ ਤਾਂ ਇੱਕ ਧਿਰ ਤਾਂ ਉਹ ਸੀ ਜਿਨ੍ਹਾਂ ਸੰਯੁਕਤ ਕਿਸਾਨ ਮੋਰਚਾ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਇਲੈਕਸ਼ਨ ਵੀ ਲੜੇ ਜਿਹੜੇ ਕਿ ਰਾਜਨੀਤਿਕ ਹੋਗੇ ਉਹਨਾਂ ਦੇ ਲਈ ਤੁਸੀਂ ਗਏ ਵੀ ਪ੍ਰਚਾਰ ਵਗੈਰਾ ਵੀ ਕੀਤਾ ਤਾਂ ਦੂਸਰਾ ਤੇ ਯਾ ਹੋਰ ਲੋਕ ਆ ਜਿਹੜੇ ਉਹ ਸ਼ਿਕਵਾ ਨਹੀਂ ਕਰਦੇ ਕਿਉਂਕਿ ਬਹੁਤ ਸਾਰੇ ਲੋਕ ਆਖਦੇ ਆ ਕਿ ਡਾਕਟਰ ਸਾਹਿਬ ਵੀ ਉਹਨਾਂ ਦੇ ਨਾਲ ਮਿਲ ਕੇ ਜਾ ਕੇ ਕਿ ਭਾਈ ਸਰਕਾਰ ਬਣਾਵਾਂਗੇ ਸਿਆਸਤ ਦੇ ਵਿੱਚ ਆ ਜੀਏ ਇੱਕ ਵਾਰੀ ਉਡਾਰੀ ਮਾਰ ਕੇ ਭਾਈ ਗੱਲ ਇਹ ਆ ਮੈਂ ਫੇਰ ਦੱਸਦਾ ਜਿੱਥੇ ਪੰਜਾਬ ਖਲੂਗਾ ਮੈਨੂੰ ਖਲੋਣਾ ਪੈਣਾ ਤੁਸੀਂ ਮੈਨੂੰ ਕਹੋਗੇ ਕਿ ਡਾਕਟਰ ਭਾਈ ਆ ਜਾ ਯਾਰ ਛੱਪੜ 'ਚ ਆ ਜਾ ਛਾਲ ਮਾਰ ਦੇ ਪੰਜਾਬ ਇੱਥੇ ਖਲੋਤਾ ਫਿਰ ਭਾਈ ਉੱਥੇ ਜਾਊਂਗਾ ਸੋ ਤੁਸੀਂ ਜਿਹੜੀ ਵੀ ਲੜਾਈ ਲੜੋਗੇ ਤੁਹਾਡੇ ਨਾਲ ਖਲੋਣਾ ਪੈਣਾ ਤੁਸੀਂ ਇਲੈਕਸ਼ਨਾਂ 'ਚ ਖੜੋਗੇ ਨਾਲ ਆਊਂਗਾ ਜਿੱਥੋਂ ਤੱਕ ਮੈਨੂੰ ਪਤਾ ਹੋਵੇ ਕਿ ਇਹ ਪੰਜਾਬ ਲਈ ਚੰਗਾ ਬਾਈ ਗੱਲ ਐ ਆ ਅੱਜ ਵੀ ਕਿੰਨਾ ਗਿਆ ਹੱਥ ਜੋੜੁੰਦੇ ਆ ਉਹਨਾਂ ਮੰਤਰੀਆਂ ਦੇ ਹੱਥ ਜੋੜੁੰਦੇ ਨੇ ਇਹਦਾ ਮਤਲਬ ਗੱਲ ਉੱਥੇ ਆ ਗਈ ਨਾ ਜਿਹੜੀ ਅਸੀਂ ਕਹਿੰਦੇ ਹਾਂ ਕਿ ਬਾਈ ਇਲੈਕਸ਼ਨਾਂ ਹੀ ਉਹ ਜਿਹੜਾ ਜਿਹੜਾ ਬੰਦਾ ਤੁਹਾਡਾ ਕਾਨੂੰਨ ਬਣਾਉਂਦਿਆ ਜਦ ਤੱਕ ਤੁਸੀਂ ਉਹਨਾਂ ਕੁਰਸੀਆਂ ਦੇਣਾ ਔਰ ਸਾਡੇ 'ਚ ਉਹ ਉਹ ਚੀਜ਼ਾਂ ਨਹੀਂ ਹੈਗੀਆਂ ਕਿ ਸਾਡੇ 'ਚ ਕਿਹੜੀ ਕਮੀ ਆ ਬਾਈ ਜਿਹੜੀ ਆ ਨਰਿੰਦਰ ਮੋਦੀ 'ਚ ਉਹ ਚਾਹ ਬਣਾਉਣ ਵਾਲਾ ਸਾਡੇ ਮੁੰਡੇ ਇੰਜੀਨੀਅਰ ਡਾਕਟਰ ਸਾਡੇ ਮੁੰਡੇ ਟੌਪ ਦੇ ਸਭ ਕੁਝ ਅਸੀਂ ਉਹਨਾਂ ਦੇ ਹੱਥ ਜੋੜਦੇ ਫਿਰੇ ਯਾਰ ਅਸੀਂ ਉਹਨਾਂ ਨੂੰ ਕਹੀਏ ਬਈ ਤੁਸੀਂ ਐਮਐਸਪੀ ਦੋ ਸਾਨੂੰ ਮਤਲਬ ਅਸੀਂ ਨਿੰਨ ਲੈ ਕੇ ਅਸੀਂ ਸਭ ਕੋ ਜੀਆਂ ਅਸੀਂ ਉਹਨਾਂ ਦੇ ਹੱਥ ਜੋੜਦੇ ਫਿਰਦੇ ਆ ਬਈ ਬਸ ਲੜਾਈ ਇੰਨੀ ਸੀ ਇਹ ਸਮਝਾ ਨਹੀਂ ਸਕੇ ਲੋਕਾਂ ਨੂੰ ਆਪਾਂ ਕਿ ਬਈ ਜਦ ਤੱਕ ਸਾਡੇ ਮੁੰਡੇ ਸਾਡੀਆਂ ਕੁੜੀਆਂ ਸਾਡੀਆਂ ਭੈਣਾਂ ਪੜ੍ਹੇ ਲਿਖੇ ਲੋਕ ਚੰਗੇ ਲੋਕ ਉਹਨਾਂ ਕੁਰਸੀਆਂ ਤੇ ਨਹੀਂ ਬੈਂਦੇ ਉਦੋਂ ਤੱਕ ਅਸੀਂ ਇਨਾ ਮੰਤਰੀ ਸੰਤਰੀ ਨਕੰਮੇ ਲੋਕਾਂ ਦੇ ਅੱਗੇ ਹੱਥ ਜੋੜਦੇ ਰਵਾਂਗੇ ਨਹੀਂ ਦੱਸ ਸਕੇ ਕੋਈ ਨਹੀਂ ਆਪਾਂ ਬਾਈ ਪੂਰੇ ਦਿਲੋਂ ਲੜਿਆ ਪੂਰੇ ਦਿਲੋਂ ਲੜਿਆ ਇੱਕ ਮਤਲਬ ਕਿ ਜੇ ਕਿਸਾਨ ਦਿਲੋਂ ਲੜਿਆ ਪੂਰਾ ਲੜਿਆ ਜੇ ਆ ਇਲੈਕਸ਼ਨਾਂ ਚ ਇਹਨਾਂ ਦਾ ਸਾਥ ਦਿੱਤਾ ਪੂਰਾ ਦਿੱਤਾ ਅੱਜ ਸੰਘਰਸ਼ੀ ਚ ਬੈਠੇ ਆ ਪੂਰਾ ਬੈਠੇ ਆ ਔਰ ਕੋਈ ਸਾਡੇ ਮਨ ਚ ਕੁਝ ਨਹੀਂ ਆ ਨਾ ਹੀ ਉਹਨਾਂ ਦੇ ਮਨ ਚ ਆ ਉਹਨਾਂ ਨਾਲ ਵੀ ਗੱਲਬਾਤ ਹੋਈ ਆ ਕਦੀ ਇਦਾਂ ਨਹੀਂ ਫੀਲ ਹੋਇਆ ਕਿ ਬਾਈ ਡਾਕਟਰ ਤੂੰ ਉਹਨਾਂ ਦੀ ਕਿਉਂ ਹੈਲਪ ਕੀਤੀ ਆ ਉਦੋਂ ਵੀ ਉਹਨਾਂ ਨਾਲ ਗੱਲਬਾਤ ਕਰਦੇ ਆ ਉਦੋਂ ਵੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਆ ਆਜੋ ਬਾਈ ਸਾਡੇ ਨਾਲ ਆਜੋ ਹਨਾ ਸੋ ਇਹ ਇਹ ਜਦੋਂ ਲੜਾਈ ਏਕਿਆ ਫਿਰ ਇਹਨਾਂ ਸ਼ਿਕਵੇ ਸ਼ੁਕੇ ਨਹੀਂ ਹੁੰਦੇ ਤੇ ਨਾਲੇ ਪਰਿਵਾਰ ਆ ਨਾ ਸੋ ਮੈਨੂੰ ਤੇ ਲੱਗਦਾ ਮੈਨੂੰ ਕਦੀ ਇਹਨਾਂ ਨੇ ਕਿਆ ਵੀ ਨਹੀਂ ਅੰਦਰੋਂ ਭਾਵੇਂ ਫੀਲ ਕਰਦੇ ਹੁਣ ਪਰ ਮੈਨੂੰ ਨਹੀਂ ਕਦੀ ਇਹਨਾਂ ਨੇ ਆਪਣੇ ਮੂੰਹ ਤੋਂ ਨਹੀਂ ਕਦੀ ਕਿਹਾ ਕਿ ਡਾਕਟਰ ਤੂੰ ਉਹਨਾਂ ਤੂੰ ਉਦੋਂ ਉਹਨਾਂ ਦੀ ਕਿਉਂ ਹੈਲਪ ਕੀਤੀ ਜਾਂ ਤੂੰ ਕਿਉਂ ਅੱਗੇ ਲਾ ਕੇ ਉਧਰ ਬੰਨੇ ਗਿਆ ਕਈ ਵਾਰੀ ਜ਼ਰੂਰ ਮਹਿਸੂਸ ਹੁੰਦਾ ਕਿ ਹਾਂ ਯਾਰ ਇੱਕ ਓਪਰਚੁਨਿਟੀ ਜ਼ਰੂਰ ਸੀ ਪੰਜਾਬ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਦੀ ਤੇ ਪਰ ਚਲੋ ਮਿਸ ਹੋ ਗਈ ਕੋਈ ਗੱਲ ਨਾ ਫਿਰ ਪ੍ਰਮਾਤਮਾ ਚੰਗੇ ਅੱਗੇ ਕਦੀ ਮਾਹੌਲ ਲਿਆਊਗਾ ਚੰਗੇ ਲੋਕ ਅੱਗੇ ਆਉਣਗੇ ਤੇ ਆਪੇ ਜੋ ਮਾਹੌਲ ਆਪਾਂ ਚਾਹੁੰਦੇ ਆ ਕਿ ਸਾਡੇ ਬੱਚੇ ਜਿਹੜੇ ਆ ਚੰਗੇ ਲੋਗ ਆ ਜਿਹੜੇ ਵਾਕੇ ਹੀ ਕੁਝ ਕਰ ਸਕਦੇ ਆ ਵਾਕੇ ਪੰਜਾਬ ਦੀ ਜਿਹੜੀ 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 ਆ ਆ ਜਿਹੜੀ ਰੇਖਾ ਵਾ ਉਹ ਬਦਲ ਸਕਦੇ ਆ ਉਹ ਕਦੀ ਉਹਨਾਂ ਕੁਰਸੀਆਂ ਤੇ ਬਹਿਣਗੇ ਔਰ ਵਾਕੇ ਹੀ ਪੰਜਾਬ ਨੂੰ ਜਿਹੜਾ ਉਹ ਗੋਲਡਨ ਬਰਡ ਹੈ ਜਿਹਦਾ ਆਪਾਂ ਜਿਹਦਾ ਆਪਾਂ ਸਾਰਿਆਂ ਨੇ ਪੜ੍ਹਿਆ ਸੀ ਨਾ ਕਿਤਾਬਾਂ ਚ ਬਈ ਪੰਜਾਬ ਜੀ ਐ ਸੀ ਪੰਜਾਬ ਉਹ ਸੀ ਮਹਾਰਾਜ ਰਜੀਤ ਸਿੰਘ ਐ ਸੀ ਆ ਸਾਡਾ ਹਰੀ ਸਿੰਘ ਨਲਵਾ ਸ਼ੇਰ ਐ ਹੁੰਦਾ ਸੀ ਜਮਰੋਦ ਦੇ ਕਿਲੇ ਤੇ ਇਦਾਂ ਸੀ ਉਹ ਚੀਜ਼ਾਂ ਜਿਹੜੀਆਂ ਸੀ ਉਹ ਫਿਰ ਸ਼ਾਇਦ ਆਪਾਂ ਨੂੰ ਵੇਖਣ ਨੂੰ ਮਿਲਣ ਔਰ ਮਿਲ ਗਈਆਂ ਪੰਜਾਬ ਦੀ ਧਰਤੀ ਐਸੀ ਜੀ ਜੀ ਡਾਕਟਰ ਸਾਹਿਬ ਕਮੀ ਕਿੱਥੇ ਰਹਿ ਗਈ ਤੁਹਾਡਾ ਤੁਸੀਂ ਨਹੀਂ ਕਨਵਿੰਸ ਕਰ ਪਾਏ ਕਰ ਪਾਏ ਜਾਂ ਤੁਹਾਡੀ ਟੀਮ ਹੀ ਨਹੀਂ ਜਿਹੜਾ ਪ੍ਰੋਪਰਲੀ ਸਮਝਾ ਪਾਈ ਜਾਂ ਲੋਕ ਹੀ ਨਹੀਂ ਜਿਹੜਾ ਉਹ ਚੀਜ਼ਾਂ ਨੂੰ ਸਮਝ ਪਾ ਰਹੇ ਸੀਗੇ ਨਹੀਂ ਆਈ ਥਿੰਕ ਯਾਰ ਪਹਿਲੀ ਗੱਲ ਟਾਈਮ ਕੱਟ ਸੀ ਹਨਾ ਸੋ ਜਦੋਂ ਅਸੀਂ ਦੇ ਉੱਤੇ ਅੰਦੋਲਨ ਅੰਦੋਲਨ ਆਪਣਾ ਕੰਮ ਕਰ ਰਹੇ ਸੀ ਸਾਨੂੰ ਪਤਾ ਹੀ ਨਹੀਂ ਇਹ ਕੰਮ ਹੋਣਾ ਇਲੈਕਸ਼ਨ ਆਉਣੀ ਹੈ ਜੇ ਉਹ ਪਤਾ ਹੁੰਦਾ ਫਿਰ ਉੱਤੇ ਪਿੰਡ ਇੱਕ ਟੀਮਾਂ ਭੇਜੀਆਂ ਹੁੰਦੀਆਂ ਭਾਈ ਜਾ ਕੇ ਉਹ ਵੀ ਕੰਮ ਕਰ ਲਓ ਉਹ ਜਦੋਂ ਅੰਦੋਲਨ ਖਤਮ ਐ ਮਿਲਾਂ ਮਹੀਨੇ ਦੇ 2 ਮਹੀਨੇ ਨੂੰ ਇਲੈਕਸ਼ਨਾਂ ਸੀ ਹਨਾ ਤੇ ਪਹਿਲਾਂ ਇਹਨਾਂ ਨੇ ਟਾਈਮ ਮੇਕਅਪ ਵੀ ਨਹੀਂ ਕੀਤਾ ਕਰਨਾ ਕਿ ਨਹੀਂ ਕਰਨਾ ਫਿਰ ਕਰ ਲਿਆ ਕਰ ਲਿਆ ਫਿਰ ਸੋਚਿਆ ਕੀ ਹੋ ਕੇ ਹੁਣ ਕੀ ਕਰਨਾ ਸੋ ਨਾ ਕੋਈ ਪਲਾਨ ਨਾ ਕੋਈ ਹਨਾ ਜੋ ਕਮੀਆਂ ਤੇ ਰਹਿ ਗਈਆਂ ਸੀ ਤੇ ਦੂਜੀ ਗੱਲ ਮੈਨੂੰ ਲੱਗਦਾ ਲੋਕਾਂ ਨੇ ਐਤਕੀ ਮੂਡ ਬਣਾ ਲਿਆ ਸੀ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਟਰਸਟ ਕਰਨਾ ਔਰ ਜਿਹੜੇ ਮੋਰਚੇ ਤੇ ਸੀ ਉਹ ਉਹਨਾਂ ਦਾ ਟਰਸਟ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੋਂ ਉਸ ਵੇਲੇ ਟੁੱਟਿਆ ਸੀ ਜੋ ਵੀ ਆ ਕੋਈ ਵੱਡੀਆਂ ਗੱਲਾਂ ਨਹੀਂ ਹੁੰਦੀਆਂ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਵਾ ਉਹ ਸੋਚਦੇ ਸੀ ਕਿ ਹਾਂ ਯਾਰ ਚਲੋ ਜੋ ਵੀ ਆ ਹਨਾ ਤੇ ਪਰ ਆਈ ਥਿੰਕ ਇਹੋ ਹੀ ਗੱਲ ਹੋਈ ਆ ਕਿ ਲੋਕਾਂ ਲੋਕ ਐਨ ਆਰ ਆਈ ਜਾਂ ਲੋਕਾਂ ਦਾ ਜਿਹੜਾ ਮਨ ਸੀ ਉਸ ਟਾਈਮ ਤੇ ਇਹ ਸੀ ਕਿ ਅਸੀਂ ਇਸ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣਾ ਚਾਹੁੰਦੇ ਆ ਔਰ ਬੰਦਾ ਵੀ ਸੀ ਹੁਣ ਆਪਣੇ ਚੰਗੇ ਲੋ ਇਹ ਥੋੜੀ ਕਿ ਆਮ ਆਦਮੀ ਪਾਰਟੀ ਜਾਂ ਕਾਂਗਰਸ ਜਾਂ ਅਕਾਲੀਆਂ ਚ ਉਹਨਾਂ ਸਾਰੇ ਮਾੜੀ ਆ ਤੇ ਸਾਡੇ ਚ ਜੀ ਇਹਨਾਂ ਜਿਹੜੇ ਖੜੇ ਸੀ ਉਹ ਬਹੁਤ ਚੰਗੇ ਹਨਾ ਉਹਨਾਂ 'ਚ ਵੀ ਚੰਗੇ ਮੁੰਡੇ ਹੈਗੇ ਉਹਨਾਂ 'ਚ ਵੀ ਚੰਗੇ ਚਿਹਰੇ ਹੈਗੇ ਆ ਮੈਂ ਤੁਹਾਨੂੰ ਗਿਲਾਸ ਮਤਲਬ ਗਿਣਵਾ ਸਕਦਾ ਉਹਨਾਂ ਚੰਗੇ ਚਿਹਰਿਆਂ ਦੇ ਨਾਮ ਜਿਹੜੇ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਕੰਮ ਕਰ ਰਹੇ ਆ ਸੋ ਐਸੀ ਗੱਲ ਨਹੀਂ ਸੋ ਲੋਕਾਂ ਦਾ ਇੱਕ ਉਹ ਕਹ ਲਓ ਕਿ ਫਲਸਫਾ ਸੀ ਇੱਕ ਮੌਕਾ ਉਹਨਾਂ ਨੇ ਉਹ ਸੋਚਿਆ ਕਿ ਹਾਂ ਇਧਰੋਂ ਕੁਝ ਸਾਨੂੰ ਸ਼ਾਇਦ ਮਿਲ ਸਕਦਾ ਹੈ ਕਿ ਨਵੀਂ ਆਵਾਜ਼ ਖੜੀ ਹੋ ਸਕਦੀ ਕਿਉਂਕਿ ਦਿੱਲੀ ਦੇ ਵਿੱਚ ਸੁਣਿਆ ਸੀ ਲੋਕਾਂ ਨੇ ਬਈ ਸਕੂਲ ਬਣ ਰਿਹਾ ਦਿੱਲੀ ਵਿੱਚ ਸੁਣਿਆ ਸੀ ਬਈ ਉੱਥੇ ਹਸਪਤਾਲ ਬਣ ਰਿਹਾ ਉਹ ਗੱਲਾਂ ਜਿਹੜੀਆਂ ਦਿੱਲੀ ਸੁਣੀਆਂ ਉਹ ਸੋਚਦੇ ਸਾਕੀ ਪੰਜਾਬ ਦੇ ਵਿੱਚ ਲਾਗੂ ਹੋਣਗੀ ਸੋ ਲੋਕ ਚਾਹੁੰਦੇ ਸੀ ਸੋ ਲੋਕਾਂ ਨੇ ਬਦਲਾ ਕੀਤਾ ਵੱਡੇ ਵੱਡੇ ਲੀਡਰ ਜਿਹੜੇ ਆ ਉਹ ਤੁਹਾਨੂੰ ਤੁਹਾਡੇ ਸਾਹਮਣੇ ਕਿੱਦਾਂ ਡਿੱਗੇ ਹਨ ਸੋ ਆਈ ਥਿੰਕ ਇੱਕ ਫੇਅਰ ਇੱਕ ਫੇਅਰ ਅਸੈਸਮੈਂਟ ਸੀ ਲੋਕ ਬੜੇ ਪਿਆਰ ਨਾਲ ਧਿਆਨ ਨਾਲ ਉਹਨਾਂ ਨੇ ਉਹ ਲੜੇ ਔਰ ਤੁਹਾਡੇ ਸਾਹਮਣੇ ਆ ਕਿੰਨੇ ਲੋਕ ਹਾਰੇ ਤੇ ਨਵੇਂ ਚਿਹਰੇ ਜਿਹੜੇ ਅੱਗੇ ਆਏ ਨਵਾਂ ਇੱਕ ਨਵੀਂ ਇੱਕ ਪੀੜ੍ਹੀ ਨੂੰ ਇੱਕ ਮੌਕਾ ਮਿਲਿਆ ਹੁਣ ਵੇਖੋ ਕੀ ਕਰਦੇ ਆ ਹੁਣ ਉਹਨਾਂ ਦੇ ਹੱਥ 'ਚ ਆ ਲੋਕਾਂ ਨੇ ਉਹਨਾਂ ਤੇ ਉਹਨਾਂ ਤੇ ਵਿਸ਼ਵਾਸ ਜਿਹੜਾ ਵਾ ਉਹ ਜਤਾਇਆ ਹੁਣ ਹੁਣ ਉਹਨਾਂ ਦੇ ਉੱਤੇ ਆ ਕਿ ਉਹ ਪੰਜਾਬ ਲਈ ਕਿੰਨੀ ਕ ਮਿਹਨਤ ਕਰਨਗੇ ਕਿੰਨਾ ਕੋ ਪੰਜਾਬ ਦਾ ਦਰਦ ਸਮਝਦੀ ਹੈ ਕਿ ਆਪਣੀਆਂ ਜੇਬਾਂ ਭਰਨੀਆਂ ਜਿੱਦਾਂ ਪਹਿਲਾਂ ਪਾਰਟੀਆਂ ਭਰ ਦੇ ਰਹੀਆਂ ਜੀ 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 ਡਾਕਟਰ ਸਾਹਿਬ ਇੱਕ ਨਿੱਜੀ ਸਵਾਲ ਆ ਤੁਹਾਡੇ ਲਈ ਤੁਸੀਂ ਵੀ ਇੱਥੋਂ ਜਦੋਂ ਗਏ ਹੋ ਤਾਂ ਇੱਥੋਂ ਜਾਣ ਤੋਂ ਪਹਿਲਾਂ ਆ ਕੇ ਗਏ ਸੀ ਕਿ ਯੂਕਰੇਨ ਜਾਓਗੇ ਬਹੁਤ ਸਾਰੇ ਲੋਕਾਂ ਨੇ ਰੌਲਾ ਰੱਪਾ ਪਾਇਆ ਕਿ ਯੂਕਰੇਨ ਜਾ ਰਹੇ ਆ ਤੁਸੀਂ ਗਏ ਨਹੀਂ ਆਈ ਥਿੰਕ ਸੋ ਸ਼ਾਇਦ ਹੈ ਨਾ ਕੀ ਕਰਨ ਰਿਹਾ ਨਹੀਂ ਭਾਈ ਅਸੀਂ ਸਾਡੀ ਮੈਂ ਉੱਥੇ 10 ਦਿਨ ਗਿਆ ਮੈਂ ਪੋਲੈਂਡ ਜਰਮਨੀ ਤੇ 10 ਦਿਨ ਮੈਂ ਉੱਥੇ ਰਿਹਾ ਵਾਂ ਸਾਡੀ ਟੀਮ ਨੇ ਉੱਥੇ 60 ਦਿਨ ਕੰਮ ਕੀਤਾ ਉਹ ਗੱਲ ਉਹੀ ਹੋ ਗਈ ਆ ਨਾ ਜਿਹੜੇ ਤੁਹਾਡੇ ਟ੍ਰੋਲ ਆ ਕਿਉਂਕਿ ਸਰਕਾਰ ਦੇ ਖਿਲਾਫ ਅਸੀਂ ਲੜੇ ਹਾਂ ਤੇ ਸਰਕਾਰ ਨੇ ਆਪਣੀ ਪੂਰੀ ਉਦੋਂ ਵਾਈ ਵਾਸਤਾ ਲਾਉਣਾ ਕਿ ਕਿਸੇ ਤਰੀਕੇ ਇਹਨਾਂ ਦੀ ਬਦਨਾਮੀ ਕਰੀਏ ਅਸੀਂ ਇਹ ਚੀਜ਼ਾਂ ਤੇ ਬੋਲਦੇ ਨਹੀਂ ਨਾ ਮੈਂ ਕਦੀ ਇੱਥੇ ਆ ਕੇ ਸਪਸ਼ਟ ਕਰਨ ਦੇ ਆ ਕਿੱਥੇ ਯਾਰ ਕਿੰਨਾ ਕਿੰਨਾ ਕਿੰਨਾਂ ਨੂੰ ਤੁਸੀਂ ਦੇਣਾ ਠੀਕ ਆ ਸੋ ਅਸੀਂ ਜਿਹੜਾ ਉੱਥੇ ਸਾਡੀ ਟੀਮ ਨੇ 60 ਦਿਨ ਕੰਮ ਕੀਤਾ ਔਰ 60 ਦਿਨ ਐਸਾ ਕੰਮ ਕੀਤਾ ਕਿ ਸਾਨੂੰ ਬਾਅਦ ਚੋਂ ਇੱਥੇ ਆ ਕੇ ਜਿਹੜਾ ਵਾ ਅਮਰੀਕਾ ਆ ਗਏ ਆ ਅਮਰੀਕਨ ਜਿਹੜੇ ਇੱਥੋਂ ਦੇ ਨਿਊਜ਼ ਚੈਨਲ ਆ ਉਹਨਾਂ ਨੇ ਸਾਡਾ ਉੱਥੇ ਕੰਮ ਵੇਖਿਆ ਉਹਨਾਂ ਨੇ ਸਾਨੂੰ ਇੱਥੇ ਆ ਕੇ ਸਨਮਾਨਿਤ ਕੀਤਾ ਆਪਣੇ ਵਾਲੇ ਦੇ ਜਿੱਦਾਂ ਤੁਸੀਂ ਕਿਹਾ ਕਿ ਗਲਤ ਗੱਲਾਂ ਜਿਹੜੀਆਂ ਗਲਤ ਪ੍ਰਚਾਰ ਕੀਤਾ ਤੇ ਅਸੀਂ ਪ੍ਰਵਾਹ ਨਹੀਂ ਕੀਤੀ ਸਾਨੂੰ ਇੱਥੇ ਆ ਕੇ ਉਹਦਾ ਜਿਹੜਾ ਵਾ ਜਿਹੜਾ ਉਹਦਾ ਕਹਾਂ ਲੋਕਾਂ ਨੇ ਜਿਹੜਾ ਉਹਦਾ ਪਿਆਰ ਦਿੱਤਾ ਸੋ ਸਾਡੀ ਟੀਮ ਨੇ ਉੱਥੇ ਭਾਈ 60 ਦਿਨ ਕੰਮ ਕੀਤਾ ਮੈਂ ਉੱਥੇ ਦੱਸ ਦੇ ਰਿਹਾ ਉੱਥੇ ਦਾ ਜੋ ਮਾਹੌਲ ਸੀ ਉੱਥੇ ਇਹ ਵੇਖਿਆ ਕਿ ਸਾਡਾ ਕੋਈ ਇੰਨਾ ਇੰਨਾ ਕੰਮ ਨਹੀਂ ਹੈਗਾ ਜਿਹੜਾ ਮੇਰਾ ਉੱਥੇ ਰਹਿਣਾ ਕੋਈ ਇੰਨਾ ਜ਼ਰੂਰੀ ਨਹੀਂ ਹੈਗਾ ਸੋ ਮੈਂ ਜਿੱਥੇ ਤੁਹਾਡੀ ਲੋੜ ਨਹੀਂ ਉੱਥੇ ਤੁਹਾਡਾ ਰਹਿਣ ਦਾ ਕੋਈ ਮਤਲਬ ਨਹੀਂ ਬਣਦਾ ਟੀਮ ਨੇ ਉੱਥੇ ਜਿਹੜੇ ਆਪਣੇ ਹੁੰਦੇ ਆ ਕੈਂਪ ਹੁੰਦੇ ਆ ਜਿੱਥੇ ਰੈਫਿਊਜੀਜ਼ ਆਉਂਦੇ ਆ ਉੱਥੇ ਅਸੀਂ ਟੈਲੀਮੈਡੀਸਨ ਦੇ ਥਰੂ ਫਿਰ ਜਦੋਂ ਆਪਣਾ ਵੇਖਿਆ ਕਿ ਸਾਨੂੰ ਤੇ ਉਹਨਾਂ ਦੀ ਬੋਲੀ ਵੀ ਨਹੀਂ ਆਉਂਦੀ ਉਹ ਆਪਣੀ ਰਸ਼ੀਅਨ ਬੋਲੁੰਦੇ ਆ ਅਸੀਂ ਆਪਣੀ ਬੋਲੀ ਬੋਲੁੰਦੇ ਆ ਐਵੇਂ ਉੱਥੇ ਠੱਕੇ ਖਾਣ ਦਾ ਕੋਈ ਫਾਇਦਾ ਨਹੀਂ ਤੇ ਫਿਰ ਅਸੀਂ ਉਥੇ ਟੈਲੀਮੈਡੀਸਨ ਦੇ ਥਰੂ ਜਿਹੜੀ 60 ਦਿਨ ਜਦ ਤੱਕ ਫੋਨ ਆਉਂਦੇ ਰਹੇ ਅਸੀਂ ਉਥੇ ਹੈਲਪ ਕਰਦੇ ਰਹੇ ਤੇ ਅਗੇਨ ਉਤੋਂ ਫਿਰ ਇੱਕ ਇੱਕੋ ਹੀ ਗੱਲ ਸਾਡੇ ਜੋ ਟੀਮ ਨੇ ਜੋ ਰਿਅਲਾਈਜ਼ ਕੀਤੀ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਆ ਦੁਨੀਆ ਵਿੱਚ ਲੜਾਈਆਂ ਲੱਗਦੀਆਂ ਰਹਿਣੀਆਂ ਦੁਨੀਆ ਦੇ ਵਿੱਚ ਹਿਮੈਨਿਟਰੀਅਨ ਕ੍ਰਾਈਸਿਸ ਆਉਂਦੇ ਰਹਿਣੇ ਆ ਪਰ ਸਾਡੇ ਲੋਕਾਂ ਨੂੰ ਜਿਹੜੀ ਸਾਡੀ ਲੋੜ ਆ ਕੋਈ ਹੋਰ ਹੋਰ ਨਹੀਂ ਪੂਰੀ ਕਰ ਸਕਦਾ ਤੇ ਜਿਹੜੀ ਲੋਕਾਂ ਨੂੰ ਲੋੜ ਆ ਉਹ ਅਸੀਂ ਸ਼ਾਇਦ ਪੂਰੀ ਨਹੀਂ ਕਰ ਸਕਦੇ ਸਭ ਤੋਂ ਪਹਿਲਾਂ ਜਿਹੜਾ ਫੋਕਸ ਹੈ ਆਪਣੇ ਪੰਜਾਬ ਵਾਲ ਰੱਖੀਏ ਸੋ ਉਸ ਉਸ ਚੀਜ਼ ਤੋਂ ਅਸੀਂ ਇਹੋ ਹੀ ਚੀਜ਼ ਸਭ ਤੋਂ ਵੱਡੀ ਸਿੱਖੀ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਆ ਜਿਹੜਾ ਸਾਡਾ ਮੇਨ ਫੋਕਸ ਹੈ ਉਹ ਪੰਜਾਬ ਵਾਲ ਰੱਖੀਏ ਲੜਾਈਆਂ ਲੜੀਆਂ ਲੱਗਦੀਆਂ ਰਹੀਆਂ ਇਦਾਂ ਨਹੀਂ ਤੇ ਬੰਦਾ ਪਟਕ ਜਾਂਦਾ ਕਦੀ ਇੱਧਰ ਜਾਓ ਕਦੀ ਉੱਧਰ ਜਾਓ ਸੋ ਉਸ ਚੀਜ਼ ਦਾ ਕੋਈ ਠੀਕ ਹੈ ਸਰਦਾਰ ਉੱਥੇ ਵੇਖਦੇ ਆ ਲੋਕ ਰਿਸਪੈਕਟ ਕਰਦੇ ਆ ਹਾਂ ਬਈ ਤੁਸੀਂ ਆਏ ਜੋ ਤੁਹਾਡੇ ਲਿੰਕ ਬਣਦੇ ਆ ਪਰ ਸਾਡੇ ਜਦੋਂ ਲੋਕ ਭੁੱਖੇ ਹੋਣ ਸਾਡੇ ਆਪ ਦੇ ਘਰ ਦੀ ਲੜਾਈ ਜਿਹੜਾ ਮਸਲਾ ਹੋਵੇ ਸਾਡਾ ਆਪ ਦਾ ਘਰ ਜਿਹੜਾ ਉਹ ਸੜਨਦਿਆ ਹੋਵੇ ਤੇ ਅਸੀਂ ਲੋਕਾਂ ਦੇ ਗਵਾਂਡੀਆਂ ਦੇ ਘਰ ਦੇ ਜਿਹੜੀ ਆਗਿਆ ਉਹ ਬੁਝਾਉਣ ਚੱਲ ਜੀਏ ਉਹਦਾ ਵੀ ਕੋਈ ਫਾਇਦਾ ਨਹੀਂ ਸੋ ਹਾਂ ਉਹ ਉਹ ਇੱਕ ਮੌਕਾ ਸੀ ਸਾਨੂੰ ਲੱਗਾ ਅਸੀਂ ਹੈਲਪ ਕਰ ਸਕਦੇ ਹਾਂ ਪਰ ਜਿਹੜੀ ਗਰਾਉਂਡ ਸਥਿਤੀ ਸੀ ਜਦੋਂ ਅਸੀਂ ਉੱਥੇ ਗਏ ਬੋਲੀ ਦਾ ਫਰਕ ਸਭ ਕੁਝ ਬਹੁਤ ਕੁਝ ਡਿਫਰੈਂਸ ਹੈ ਫਿਰ ਪੋਲੈਂਡ ਨੇ ਉੱਥੇ ਬਹੁਤ ਜ਼ਿਆਦੀ ਹੈਲਪ ਕਰਤੀ ਸੀ ਮੈਡੀਕਲ ਦੀ ਉਹਨਾਂ ਨੇ ਆਪਣੇ ਸਾਰੇ ਹਸਪਤਾਲ ਖੋਲ੍ਹਤੇ ਸੀ ਜਦੋਂ ਅਸੀਂ ਬਾਰਡਰ ਤੇ ਗਏ ਇਹ ਚੀਜ਼ਾਂ ਦਾ ਪਤਾ ਲੱਗਾ ਕਿਉਂਕਿ ਸੋਸ਼ਲ ਮੀਡੀਆ ਤੇ ਹੋਰ ਕੁਝ ਚੱਲ ਰਿਹਾ ਆਪਣਾ ਮੀਡੀਆ ਹਰ ਕੋ ਜਦੋਂ ਤੁਸੀਂ ਹੁਣ ਗਰਾਉਂਡ ਜਾਂਦੇ ਜੋ ਉੱਥੇ ਇੱਕ ਹੋਰ ਸਥਿਤੀ ਹੁੰਦੀ ਆ ਫਿਰ ਅਸੀਂ ਸੋਚਿਆ ਕਿ ਨਹੀਂ ਯਾਰ ਇੱਥੇ ਆਪਣਾ ਕੋਈ ਇਨਾ ਇੰਨੀ ਗੱਲ ਨਹੀਂ ਹੈਗੀ ਆਪਣਾ ਕੋਈ ਇਨਾ ਫਾਇਦਾ ਨਹੀਂ ਹੈਗਾ ਜਿਹੜੀ ਚੀਜ਼ ਆਪਾਂ ਕਰ ਸਕਦੇ ਮੈਡੀਕਲ ਦਾ ਟੈਲੀਮੈਡੀਸਨ ਦੇ ਥਰੂ ਮਤਲਬ ਕਿ ਇੱਕ ਤੋਂ ਮੈਨੂੰ ਯਾਦ ਹੈ ਜੋ ਤੁਸੀਂ ਜਾ ਰਹੇ ਸੀ ਸਾ ਯੂਕਰੇਨ ਵੱਲ ਆਪਣੇ ਪੋਲੈਂਡ ਹਾਈਵੇ ਆ ਜਰਮਨੀ ਤੋਂ ਪੋਲੈਂਡ ਔਰ ਪੋਲੈਂਡ ਦੇ ਵਿੱਚ ਡਰਾਈਵ ਥਰੂ ਕਰ ਰਹੇ ਸੀ ਉੱਥੇ ਟਰੱਕਾਂ ਦੇ ਟਰੱਕ ਯੂਰਪ ਵਿੱਚੋਂ ਸਮਾਨ ਟਰੱਕਾਂ ਦਾ ਟਰੱਕ ਭਰੇ ਭਰੇ ਉੱਥੇ ਯੂਰਪ ਤੋਂ ਉਧਰ ਜਾ ਰਹੇ ਸੀ ਯੂਕਰੇਨ ਵੱਲ ਤੁਸੀਂ ਆਪੇ ਸੋਚੋ ਕਿ ਮੈਂ ਤਾਂ ਕਿ ਸਾਰਾ ਯੂਰਪ ਇਕੱਠਾ ਹੋ ਗਿਆ ਉੱਥੇ ਹੈਲਪ ਕਰਨ ਲਈ ਫਿਰ ਅਗੇਨ ਉਹ ਵੇਸਟ ਹੋਣਗੇ ਰਿਸੋਰਸਸ ਜੇ ਅਸੀਂ ਵਿਖਾਉਣ ਲਈ ਉੱਥੇ ਹੈਲਪ ਕਰ ਰਹੀਏ ਕਿ ਬਈ ਆ ਵੇਖੋ ਜੀ ਅਸੀਂ ਇੱਥੇ ਆ ਲੰਗਰ ਲਾਤਾ ਜਾਂ ਅਸੀਂ ਇੱਥੇ ਮੈਡੀਕਲ ਸੇਵਾ ਜੋ ਤੁਹਾਨੂੰ ਪਤਾ ਕਿ ਬਈ ਇੱਥੇ ਇੰਨਾ ਕੰਮ ਚੱਲਣ ਦਿਆ ਤੁਹਾਡਾ ਕੋਈ ਉੱਥੇ ਫਾਇਦਾ ਨਹੀਂ ਫਿਰ ਆਪੇ ਹੀ ਫਿਰ ਉਹਦੇ ਹਿਸਾਬ ਨਾਲ ਅਸੀਂ 2 ਮਹੀਨੇ ਉੱਥੇ ਕੰਮ ਕਰਕੇ ਫਿਰ ਅਸੀਂ ਨਿਕਲ ਗਏ ਜੀ 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 ਡਾਕਟਰ ਸਾਹਿਬ ਇੱਕ ਹੋਰ ਵੀ ਚਰਚਾ ਕਿ ਆਉਣ ਵਾਲੇ ਦਿਨਾਂ ਚੋਂ ਜਾਬਤਾਣ ਲੱਗ ਜੇ ਕਿਸਾਨ ਆਗੂਆਂ ਨੂੰ ਵੀ ਡਰਦਾ ਆਮ ਲੋਕਾਂ ਨੂੰ ਵੀ ਡਰਦਾ ਤੁਸੀਂ ਵੀ ਬੈਠ ਕਿ ਤੇ ਇਸ ਤਰ੍ਹਾਂ ਦੇ ਨਾਲ ਨਾ ਹੋ ਜੇ ਕਿ ਡਰ ਵੀ ਹੁੰਦਾ ਤਾਂ ਕੀ ਆਉਂਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਉਹਨਾਂ ਦੇ ਵਿੱਚ ਇੱਕ ਕਿਸਾਨ ਆਗੂ ਹੋਣ ਜਾਂ ਕਿਸ ਨਵੇਂ ਕਿਸਾਨ ਲੀਡਰ ਹੋਣ ਇਹ ਬੇਸ਼ੱਕ ਕੋ ਨੌਜਵਾਨ ਹੋਣ ਬੇਸ਼ੱਕ ਉਹ ਸਾਡੇ ਬਜ਼ੁਰਗ ਬਾਬੇ ਹੋਣ ਤਾਂ ਇਹਨਾਂ ਨੂੰ ਮੈਦਾਨ ਦੇ ਵਿੱਚ ਉਤਰਨਾ ਚਾਹੀਦਾ ਜਾਂ ਨਹੀਂ ਉਤਰਨਾ ਚਾਹੀਦਾ ਨਹੀਂ ਯਾਰ ਐ ਥੋੜੀ ਹੁੰਦਾ ਹੁਣ ਇੱਕ ਵਾਰੀ ਸਿੱਖ ਲਿਆ ਕਿ ਇਦਾਂ ਨਹੀਂ ਪ੍ਰੈਪਰੇਸ਼ਨ ਤੋਂ ਬਿਨਾਂ ਮੈਦਾਨ 'ਚ ਉਤਰੋਗੇ ਜੇ ਤੁਹਾਨੂੰ ਤੁਹਾਡੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਤੁਹਾਡੀ ਲੜਾਈ ਕੀ ਆ ਜੀ ਜੇ ਜਾਂ ਤੇ ਹੋਵੇ ਨਾ ਕਿ ਜਿੰਨੇ ਵੀ ਉਤਰਨਾ ਹੁਣ ਜੇ ਕੋਈ ਯੰਗ ਕੋਈ ਚਿਹਰੇ ਆ ਤੁਹਾਡੇ ਪੰਜਾਬ ਦੇ ਵਿੱਚ ਜਿੰਨੇ ਕੋਈ ਉਤਰਨਾ ਮੈਂ ਤੇ ਇਹੋ ਕਹੂੰਗਾ ਕਿ ਹਾਂ ਪਹਿਲਾ ਯਾਰ ਆਪਣਾ ਪਹਿਲਾ ਤੁਹਾਡੇ ਲੋਕਾਂ ਨੂੰ ਪਤਾ ਨਹੀਂ ਜੀਦਾ ਕਿ ਤੁਹਾਡੀ ਸੋਚ ਕੀ ਆ ਤੁਸੀਂ ਕੀ ਕਰਨਾ ਚਾਹੁੰਦੇ ਜੋ ਜਿਹੜਾ ਦੂਜਾ ਤੁਹਾਡੇ ਮੈਦਾਨ ਦੇ ਵਿੱਚ ਆ ਉਹਦੇ ਉਹ ਕੀ ਤੁਹਾਡੇ ਲਈ ਕਰ ਰਿਹਾ ਕੀ ਉਹ ਬੈਟਰ ਹੋ ਸਕਦਾ ਤੇ ਉਹਦੇ ਹਿਸਾਬ ਨਾਲ ਤੁਸੀਂ ਕਰੋ ਬਾਕੀ ਹਾਂ ਜੇ ਕੋਈ ਪੰਜਾਬ ਦੇ ਵਿੱਚ ਯੂਥ ਆ ਜਾਂ ਕੋਈ ਵਧੀਆ ਕੰਮ ਕਰ ਰਿਹਾ ਤੇ ਜਰੂਰ ਉਹਨੂੰ ਖੜਾ ਹੋਣਾ ਚਾਹੀਦਾ ਜਿਹੜੀ ਆ ਕਿਸਾਨ ਯੂਨੀਅਨਾਂ ਵਾ ਉਹਨਾਂ ਨੂੰ ਮੈਨੂੰ ਨਹੀਂ ਪਤਾ ਉਹਨਾਂ ਨੂੰ ਉਹਨਾਂ ਨੂੰ ਇਸ ਚੀਜ਼ ਦਾ ਕਿਉਂ ਡਰ ਹੋਊਗਾ ਉਹਨਾਂ ਨੇ ਆਪਣਾ ਕੰਮ ਕਰੀ ਜਾਣਾ ਉਹਨਾਂ ਦਾ ਜਿਹੜਾ ਕੰਮ ਆ ਬਹੁਤ ਵਧੀਆ ਕੰਮ ਆ ਬਥੇਕੇ ਜਿਹੜਾ ਪ੍ਰੈਸ਼ਰ ਗਰੁੱਪ ਬਣਾਇਆ ਉਹਨਾਂ ਨੇ ਸਾਰੇ ਇੰਡੀਆ ਦੇ ਵਿੱਚ ਉਹ ਬਣਾਇਆ ਵਾ ਬਹੁਤ ਵਧੀਆ ਚੱਲ ਰਿਹਾ ਪਰ ਜੇ ਹਾ ਜੇ ਕੋਈ ਕਹਿੰਦਾ ਕਿ ਮੈਂ ਇਲੈਕਸ਼ਨ ਲੜਦਾ ਤੇ ਅਸੀਂ ਹਰ ਦਾ ਮੋਨੋ ਦੀ ਸਪੋਰਟ ਕਰਾਂਗੇ ਉਹਨਾਂ ਲਈ ਖਲੋਵਾਂਗੇ ਖਾਸ ਕਰਕੇ ਉਹਨਾਂ ਚਿਹਰਿਆਂ ਨੂੰ ਜਿਨ੍ਹਾਂ ਦਾ ਮੈਨੂੰ ਪਤਾ ਕਿ ਬਾਈ ਇਹ ਲੋਕ ਇਮਾਨਦਾਰ ਆ ਇਹ ਚੰਗਾ ਕੰਮ ਕਰ ਸਕਦੇ ਪੰਜਾਬ ਲਈ ਭਾਵੇਂ ਉਹ ਯੂਨੀਅਨਾਂ ਦੇ ਹੋਣ ਭਾਵੇਂ ਉਹ ਗੈਰ ਯੂਨੀਅਨਾਂ ਦੇ ਹੋ ਕਉਗੀ ਪਤਾ ਵਾ ਹੁਣ ਪੰਜਾਬ ਦੇ ਵਿੱਚ ਕੌਣ ਕੰਮ ਕਰ ਰਿਹਾ ਕੌਣ ਨਹੀਂ ਕਰ ਰਿਹਾ ਜੀ 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 ਤੇ ਸਮਾਂ ਦੇ ਲਈ ਤੁਹਾਡਾ ਧੰਨਵਾਦ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਜੀ ਧੰਨਵਾਦ ਸੋਇਸਨ ਡਾਕਟਰ ਸੁਵੈਮਾਨ ਸਿੰਘ ਜਿਹੜੇ ਇਸ ਵੇਲੇ ਅਮਰੀਕਾ ਦੇ ਵਿੱਚ ਕੰਮ ਕਰ ਰਿਹਾ ਤੇ ਨਾਲ ਦੀ ਨਾਲ ਇਹਨਾਂ ਦੀ ਜਥੇਬੰਦੀ ਤੇ ਇਹਨਾਂ ਦੀ ਟੀਮ ਹੈ ਜਿਹੜੀ ਉਹ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਆ ਇਹਨਾਂ ਨੂੰ ਸੋਸ਼ਲ ਮੀਡੀਆ ਉੱਤੇ ਕਿਦਾਂ ਟ੍ਰੋਲ ਕੀਤਾ ਜਾ ਰਿਹਾ ਇਹਨਾਂ ਨੇ ਸਾਰੀ ਆਪਣੀ ਵਿਥਿਆ ਦੱਸੀ ਹੈ ਤੇ ਹੋਰ ਵੀ ਆਪਣੇ ਜਿਹੜੇ ਵੱਲਵਲੇ ਆਪਣੇ ਵਿਚਾਰ ਰੱਖਿਆ ਉਮੀਦ ਕਰਦੇ ਤੁਸੀਂ ਇਸ ਇੰਟਰਵਿਊ ਨੂੰ ਪਸੰਦ ਕਰੋਗੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਦੁਬਾਰਾ ਫਿਰ ਤੁਹ ਸਤਿ ਸ਼੍ਰੀ ਅਕਾਲ